ਜਸ ਪੰਜਾਬੀ ਦੇ ਇਸ ਇੱਕ ਹੋਰ ਐਪੀਸੋਡ ਦੇ ਵਿੱਚ ਜਨਤਾ ਦੀ ਆਵਾਜ਼ ਨਾਮ ਦੇ ਇਸ ਐਪੀਸੋਡ ਵਿੱਚ ਸੂਝਵਾਨ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਇਸ ਤੋਂ ਪਹਿਲੇ ਜਿਹੜੇ ਮੁੱਦੇ ਲਏ ਸਨ, ਪੰਥ ਔਰ ਪੰਥਕ ਹਿੱਤਾਂ ਨੂੰ ਝੰਜੋੜਦੇ, ਉਹ ਮੁੱਦੇ ਅਸੀਂ ਆਪ ਤੱਕ ਪਹੁੰਚਾਏ ਹਨ ਔਰ ਆਪ ਦੀ ਰਿਸਪੋਂਸ ਔਰ ਜਿਹੜੀ ਆਪ ਦੀ ਅਗਵਾਈ ਸਾਨੂੰ ਮਿਲੀ ਹੈ ਉਹ ਸਾਡੇ ਲਈ ਬਹੁਤ ਵੱਡਾ ਇੱਕ ਹੌਸਲਾ ਅਫਜ਼ਾਈ ਦਾ ਕਾਰਨ ਹੈ। ਅੱਜ ਜਿਸ ਗੰਭੀਰ ਵਿਸ਼ੇ ਨੂੰ ਲੈ ਕੇ ਅਸੀਂ ਆਪ ਤੱਕ ਆਏ ਹਾਂ ਉਹ ਆਪਾਂ ਪੜਚੋਲ ਦਾ ਵੀ ਹੈ ਔਰ ਸਾਡੀ ਹੋਂਦ ਦਾ ਵੀ ਹੈ। ਸਿੱਖ ਦੀ ਹਸਤੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ, ਸਿੱਖ ਦਾ ਰਿਸ਼ਤਾ ਗੁਰੂ ਦੇ ਨਾਲ ਹੈ। ਸਿੱਖ ਨੂੰ ਗੁਰੂ ਦੇ ਨਾਲ ਤੋੜਨ ਦੇ ਕਈ ਤਰੀਕੇ ਸਿੱਧੇ ਔਰ ਅਸਿੱਧੇ ਤੌਰ ਦੇ ਉੱਤੇ ਵਰਤੇ ਗਏ। ਗੁਰੂ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਗੁਰੂ ਸਾਹਿਬ ਨੂੰ ਖੁਦ ਆਪਣਾ ਜੀਵਨ ਦਾਨ ਦੇਣਾ ਪਿਆ, ਹਜ਼ੂਰ ਨੂੰ ਖੁਦ ਤੱਤੀ ਤਵੀ 'ਤੇ ਬੈਠਣਾ ਪਿਆ, ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੀ ਸੀਸ ਦਾ ਬਲੀਦਾਨ ਦੇਣਾ ਪਿਆ, ਪੂਰੇ ਦੇ ਪੂਰੇ ਗੁਰੂ ਸਾਹਿਬ ਦੇ ਸਰਬੰਸ ਨੂੰ ਬਲੀਦਾਨ ਹੋਣਾ ਪਿਆ। ਔਰ ਇਹ ਗੱਲ ਕੋਈ ਇਸ ਤਰ੍ਹਾਂ ਨਹੀਂ ਸ਼ੁਰੂ ਹੋ ਗਈ। ਪੰਥਕ ਕਵੀ ਤੇਜਾ ਸਿੰਘ ਸਾਬਰ ਨੇ ਚਾਰ ਲਾਈਨਾਂ ਦੇ ਵਿੱਚ ਇਸ ਸ਼ਹੀਦੀ ਗੁਲਦਸਤੇ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਸੁਰਗਾਂ ਦੇ ਵਿੱਚ ਬੈਠੀਆਂ ਹੈ ਸਨ ਇੱਕ ਜਗ੍ਹਾ ਸਰਕਾਰਾਂ ਦੋ, ਵੇਖਣ ਵਾਲੇ ਵੇਖ ਰਹੇ ਨੇ ਬੁੱਤੇ ਇੱਕ ਨੁਹਾਰਾਂ ਦੋ, ਗੱਲਾਂ ਵਿੱਚੋਂ ਗਾਲੇ ਨਿਕਲੀ ਗਾਲੇ ਇੱਕ ਵਿਚਾਰਾਂ ਦੋ, ਇੱਕ ਨੇ ਪੰਚਮ ਪਿਤਾ ਪਿਆਰੇ ਇੱਕ ਉਹਨਾਂ ਦੇ ਪੋਤੇ ਜੋ, ਉਸ ਪੋਤੇ ਨੇ ਪੋਤੇ ਲੈ ਲਏ ਦੋ ਇੱਧਰ ਅਤੇ ਇੱਧਰ ਦੋ। ਸਿੱਖ ਨੂੰ ਗੁਰੂ ਸਾਹਿਬ ਦੇ ਨਾਲੋਂ ਤੋੜਨ ਲਈ ਉਸ ਤੋਂ ਬਾਅਦ ਜਿਹੜੀ ਤਸ਼ੱਦਦ ਦੀ ਹਨੇਰੀ ਝੁੱਲੀ, ਜਿਸ ਢੰਗ ਦੇ ਨਾਲ ਸ਼ਾਹੀ ਫਰਮਾਨ ਜਾਰੀ ਹੋਏ, ਨਾਨਕ ਪ੍ਰਸਤਾ ਰਾਹਰ ਕਜਾ ਕਬੀਆ ਬੰਦ ਬਾ ਕਤਲ ਰਸਾਨੰਦ, ਜਿੱਥੇ ਵੀ ਨਾਨਕ ਪ੍ਰਸਤ ਨਜ਼ਰ ਆ ਜਾਏ ਉਸ ਦਾ ਸਿਰ ਕਲਮ ਕਰ ਦਿੱਤਾ ਜਾਏ। ਹੋਰ ਤਾਂ ਹੋਰ, ਕਿਸੇ ਵੀ ਕੇਸਾਂ ਵਾਲੇ ਸਿਰ ਦੀ 80-80 ਰੁਪਏ ਕੀਮਤ ਵੀ ਪਾਈ ਗਈ। ਇਹ ਖਾਲਸੇ ਦੇ ਸਿਰ ਦੀ ਕੀਮਤ ਸੀ, ਇਹ ਉਸਦੀ ਵੈਲਿਊ ਸੀ। ਇਤਨਾ ਹੀ ਨਹੀਂ ਬਲਕਿ ਸ਼ਾਹੀ ਫਰਮਾਨ ਜਾਰੀ ਕਰ ਦਿੱਤੇ ਗਏ ਕਿ ਤੁਸੀਂ ਹੁਣ ਅੱਜ ਤੋਂ ਬਾਅਦ ਗੁੜ ਨੂੰ ਗੁੜ ਵੀ ਨਾ ਕਹੋ, ਇਸ ਨੂੰ ਭੇਲੀ ਕਹੋ, ਕਿਉਂਕਿ ਇਸ ਵਿੱਚੋਂ ਵੀ ਗੁਰੂ ਲਫ਼ਜ਼ ਦੀ ਬੋ ਆਉਂਦੀ ਹੈ। ਪਰ ਸਿੱਖ ਗੁਰੂ ਨਾਲ ਜੁੜਿਆ ਸੀ। 1947 ਦੀ ਗੱਲ ਕਰੀਏ, ਦੇਸ਼ ਦੀ ਵੰਡ ਹੋਈ ਤਾਂ ਉਸ ਵੇਲੇ ਮਾਸਟਰ ਤਾਰਾ ਸਿੰਘ ਜੀ ਨੇ ਆਪਣੀ ਡਾਇਰੀ ਦੇ ਵਿੱਚ ਇੱਕ ਗੱਲ ਲਿਖੀ। ਉਹ ਕਹਿਣ ਲੱਗੇ, ਅੰਗਰੇਜ਼ ਜਾ ਰਹੇ ਹਨ, ਹੁਣ ਮੈਨੂੰ ਡਰ ਲੱਗ ਰਿਹਾ ਹੈ, ਕਿਉਂਕਿ ਅੱਜ ਤੋਂ ਪਹਿਲਾਂ ਕੋਈ ਸਿੱਖ ਜਿਤਨਾ ਮਰਜ਼ੀ ਬੇਈਮਾਨ ਹੋ ਜਾਏ, ਜਿਤਨਾ ਮਰਜ਼ੀ ਝੋਲੀ ਚੁੱਕ ਹੋ ਜਾਏ, ਉਹ ਅੰਗਰੇਜ਼ ਨਹੀਂ ਸੀ ਬਣ ਸਕਦਾ। ਪਰ ਹੁਣ ਉਸਨੂੰ ਹਾਕਮ ਸ਼੍ਰੇਣੀ ਵਿੱਚ ਆਉਣ ਲਈ ਕੇਵਲ 1 ਮਿੰਟ ਦਾ ਸਮਾਂ ਚਾਹੀਦਾ। ਔਰ ਇਹ ਤਲਖ ਸੱਚਾਈ ਹੈ ਕਿ ਇਸ ਤੋਂ ਬਾਅਦ ਜਿਹੜਾ ਹਮਲਾ ਜਿਸ ਰੂਪ ਦੇ ਵਿੱਚ ਕੀਤਾ ਗਿਆ ਉਹ ਗੁਰੂ ਸਾਹਿਬ ਦੀ ਸ਼ਬਦਾਵਲੀ, ਸਿੱਖ ਸ਼ਬਦਾਵਲੀ, ਗੁਰੂ ਸਾਹਿਬ ਦਾ ਬਾਣਾ, ਉਹਨਾਂ ਦੀ ਬਾਣੀ, ਉਸਦੀ ਇੰਟਰਪੋਲੇਸ਼ਨਸ ਕਰਦਿਆਂ ਹੋਇਆਂ ਕਿ ਭੇਖੀ ਔਰ ਨਕਲੀ ਗੁਰੂ ਹੀ ਖੜੇ ਕਰ ਦਿੱਤੇ ਗਏ। ਇੱਕ ਅਜਬ ਚੈਲੰਜ ਸੀ। ਕਦੀ ਤਾਂ ਲਾਲ ਕੁੜਤੀ ਵਾਲੇ ਆਏ ਜਿਹੜੇ ਇਹ ਕਹਿੰਦੇ ਸਨ, ਜਿਨਕੇ ਚੋਲੇ ਰਤੜੇ ਪਿਆਰੇ ਕੰਥ ਤਨਾ ਕੇ ਪਾਸ। ਕਦੀ ਇਹ ਕਿਹਾ ਗਿਆ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਕਈ ਭਾਂਤ ਭਾਂਤ ਦੇ, ਹੋਰ ਤਾਂ ਹੋਰ
ਸ੍ਰੀ ਅੰਮ੍ਰਿਤਸਰ ਦੇ ਵਿੱਚ ਇੱਕ ਕੋਈ ਬੰਦਾ ਪ੍ਰਗਟ ਹੋ ਗਿਆ ਜੀ, ਗੁਰੂ ਅਰਜਨ ਦੇਵ ਜੀ ਪ੍ਰਗਟ ਹੋਏ ਹਨ, ਤਾਂ ਉਸ ਵੇਲੇ ਮੁਕਤਸਰ ਸਰਦਾਰ ਮਨਜੀਤ ਸਿੰਘ ਜੋ ਸੰਤ ਸਿਪਾਹੀ ਦੇ ਐਡੀਟਰ ਸਨ, ਉਹਨਾਂ ਦੇ ਕੋਲ ਗਏ, ਕਹਿਣ ਲੱਗੇ ਮਹਾਰਾਜ ਜੀ, ਇਹ ਤਾਂ ਬੜੀ ਅੱਛੀ ਗੱਲ ਹੈ, ਗੁਰੂ ਅਰਜਨ ਸਾਹਿਬ ਪ੍ਰਗਟ ਹੋ ਗਏ ਹੋ, ਪਰ ਸੰਸਾਰ ਨੂੰ ਪਤਾ ਲੱਗਣਾ ਚਾਹੀਦਾ, ਇਹ ਜਿਹੜੇ ਭੇਖੀ ਹੁੰਦੇ ਹਨ, ਇਹ ਚਤਰ ਵੀ ਬਹੁਤ ਹੁੰਦੇ ਹਨ, ਗੱਲਾਂ ਵੀ ਬਹੁਤ ਆਉਂਦੀਆਂ ਹਨ। ਉਹ ਕਹਿਣ ਲੱਗਾ ਮੈਂ ਤਾਂ ਇਸ ਲਈ ਤਿਆਰ ਹਾਂ, ਤੁਸੀਂ ਦੱਸੋ ਕੀ ਕੀਤਾ ਜਾਏ। ਤਾਂ ਉਸ ਵੇਲੇ ਮਨਜੀਤ ਸਿੰਘ ਜੀ ਨੇ ਕਿਹਾ ਕਿ ਇੱਕ ਵਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 33 ਤਵੀ ਦਾ ਕੌਤਕ ਕੀਤਾ ਸੀ, ਤੁਸੀਂ ਵੀ ਇਹ ਕਰਕੇ ਵਿਖਾ ਦਿਓ। ਉਹ ਕਹਿਣ ਲੱਗਾ ਮੈਂ ਤਾਂ ਇਸ ਲਈ ਤਿਆਰ ਹਾਂ, ਪਰ ਚੰਦੂ ਕੌਣ ਬਣੇਗਾ? ਸਰਦਾਰ ਮਨਜੀਤ ਸਿੰਘ ਕਹਿਣ ਲੱਗੇ ਜੇਕਰ ਇਸ ਇਤਨੀ ਕੁਰਬਾਨੀ ਦੇ ਨਾਲ ਗੁਰੂ ਅਰਜਨ ਸਾਹਿਬ ਪ੍ਰਗਟ ਹੋ ਸਕਦੇ ਹਨ ਤਾਂ ਇਹ ਸੇਵਾ ਮੈਂ ਨਿਭਾ ਦਿਆਂਗਾ। ਰੌਲਾ ਪੈ ਗਿਆ, ਕਈ ਮਾਈਆਂ ਜਿਹੜੀਆਂ ਜ਼ਿਆਦਾ ਸ਼ਰਧਾਲੂ ਹੁੰਦੀਆਂ ਹਨ, ਸਰਦਾਰ ਮਨਜੀਤ ਸਿੰਘ ਨੂੰ ਬੁਰਾ ਭਲਾ ਕਹਿਣ ਲੱਗੀਆਂ, ਪਰ ਉਸ ਸ਼ਾਤਰ ਸ਼ਰਾਰਤੀ ਅਨਸਰ ਨੇ ਉਸਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਤਿਆਰੀ ਕਰੋ। ਸਰਦਾਰ ਮਨਜੀਤ ਸਿੰਘ ਨੇ ਦੂਜੇ ਦਿਨ ਸਾਰੀ ਤਿਆਰੀ ਕਰ ਲਈ, ਔਰ ਜਦੋਂ ਉਸਨੂੰ ਜਾ ਕੇ ਕਿਹਾ ਕਿ ਮਹਾਰਾਜ ਤਿਆਰ ਹੈ, ਤਵੀ ਤਿਆਰ ਹੈ, ਆਪ ਦਰਸ਼ਨ ਦਿਓ, ਸੰਗਤ ਇੰਤਜ਼ਾਰ ਕਰ ਰਹੀ ਹੈ, ਉਹ ਤੰਬੂ ਦੇ ਪਿੱਛੋਂ ਦੀ ਐਸਾ ਗਾਇਬ ਹੋਇਆ, ਮੁੜ ਕੇ ਹਾਜ਼ਰ ਨਹੀਂ ਹੋਇਆ, ਮੁੜ ਕੇ ਨਜ਼ਰ ਨਹੀਂ ਆਇਆ। ਗਿਆਨੀ ਮਾਨ ਸਿੰਘ ਚੌਰ ਇਹਨਾਂ ਭੇਖੀ ਗੁਰੂਆਂ ਬਾਰੇ, ਇਹਨਾਂ ਦੰਭੀ ਪਖੰਡੀ ਗੁਰੂਆਂ ਬਾਰੇ ਕਿਹਾ ਕਰਦੇ ਸਨ ਕਿ ਇੱਕ ਤਾਂ ਗੁਰੂ ਉਹ ਸੀ ਜਿਸਨੇ ਅੰਤਰ ਧਿਆਨ ਹੋ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਰੂਪ ਅੰਤਰ ਧਿਆਨ ਹੋ ਕੇ ਲਿਖਾ ਦਿੱਤਾ। ਇਹ ਜਿਹੜੇ ਡੰਬੀ ਗੁਰੂ ਹਨ, ਦੰਭੀ ਹਨ, ਇਹਨਾਂ ਨੂੰ ਕਹੋ ਇੱਕ ਚਿੱਠੀ ਆਪ ਲਿਖਣ, ਉਸ ਚਿੱਠੀ ਨੂੰ ਮੂੰਹੀ ਮਾਰ ਦੇਣ, ਔਰ ਫਿਰ ਲਫਜ਼ ਬਲਫਜ਼ ਅਗਰ ਲਿਖ ਕੇ ਦਿਖਾ ਦੇਣ ਤਾਂ ਅਸੀਂ ਇਹਨਾਂ ਨੂੰ ਮੰਨ ਜਾਵਾਂਗੇ। ਪਰ ਗੱਲ ਕੇਵਲ ਇੱਥੇ ਤੱਕ ਨਹੀਂ ਹੈ, ਇੱਕ ਦੇ ਬਾਅਦ ਦੂਸਰਾ, ਇੱਕ ਹਟਦਾ ਹੈ ਦੂਸਰਾ, ਯਕੇ ਬਾਅਦ ਦੀਗਰੇ, ਔਰ ਇਹ ਪੰਜਾਬ ਦੀ ਧਰਤੀ ਦੇ ਉੱਤੇ ਜਿਸ ਢੰਗ ਦੇ ਨਾਲ ਆ ਕੇ, ਔਰ ਇਹ ਗੁਰਬਾਣੀ ਦਾ, ਗੁਰ ਇਤਿਹਾਸ ਦਾ, ਗੁਰੂ ਸਾਹਿਬ ਦਾ ਸਾਂਗ ਬਣਾ ਕੇ ਉਹਨਾਂ ਦੀ ਨਿਰਾਦਰੀ ਕਰਦੇ ਹਨ। ਗੱਲ ਵਿਚਾਰਨ ਵਾਲੀ ਹੈ, ਇਹਨਾਂ ਦੀ ਇੱਕ ਦਲੀਲ ਹੁੰਦੀ ਹੈ ਕਿ ਸਾਨੂੰ ਬੋਲਣ ਦੀ ਆਜ਼ਾਦੀ ਹੈ, ਜੋ ਮਰਜ਼ੀ ਬੋਲਣ ਦੀ ਆਜ਼ਾਦੀ ਦਾ ਨਾਂ ਕਦੀ ਆਜ਼ਾਦੀ ਨਹੀਂ ਹੁੰਦਾ, ਬਲਕਿ ਸਹੀ ਗੱਲ ਕਰਨ ਦੀ ਅਗਰ ਆਜ਼ਾਦੀ ਹੈ ਉਸ ਨੂੰ ਆਜ਼ਾਦੀ ਕਿਹਾ ਜਾਂਦਾ ਹੈ। ਇਹ ਨਹੀਂ ਕਿ ਤੁਸੀਂ ਜਿਸ ਨੂੰ ਮਰਜ਼ੀ ਜੋ ਮਰਜ਼ੀ ਕਹਿ ਸਕੋ। ਇਸ ਪਖੰਡੀ ਡੇਰੇ ਵਾਲੇ ਸਾਧ ਜਿਸਨੇ ਆਪਣਾ ਨਾਂ ਸੱਚਾ ਸੌਦਾ ਰੱਖਿਆ ਹੈ, ਜਿਸਨੇ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਂਗ ਹੀ ਨਹੀਂ ਉਤਾਰਿਆ, ਕੇਵਲ ਉੱਥੇ ਤੱਕ ਹੀ ਮਹਿਦੂਦ ਨਹੀਂ ਹੋਇਆ, ਉਹਨਾਂ ਦੀ ਬਾਣੀ ਔਰ ਬਾਣੇ ਤੱਕ ਹੀ ਨਹੀਂ ਰੁਕਿਆ, ਇਸਨੇ ਉਹ ਸਾਰੀ ਦੀ ਸਾਰੀ ਸ਼ਬਦਾਵਲੀ ਜਿਹੜੀ ਹੈ ਉਸਦੀ ਨਿਰਾਦਰੀ ਕੀਤੀ। ਜਿਹੜਾ ਸੌਦਾ ਲਫਜ਼ ਹੈ, ਜਿਹੜਾ ਸੱਚਾ ਸੌਦਾ ਹੈ, ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ੁਰੂ ਕੀਤਾ ਸੀ। ਸੋ ਇਸ 'ਤੇ ਅਸੀਂ ਆਉਣ ਤੋਂ ਪਹਿਲੇ ਇੱਕ ਗੱਲ ਹੋਰ ਬਹੁਤ ਵਿਚਾਰਨ ਵਾਲੀ ਹੈ। ਦੇਸ਼ ਦੀ ਵੰਡ ਤੋਂ ਪਹਿਲੇ ਕੁਛ ਸ਼ਰਾਰਤੀ ਬੰਦਿਆਂ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਕਿਰਦਾਰ ਬਾਰੇ ਇੱਕ ਕਿਤਾਬ ਛਾਪੀ, ਉਸਦਾ ਨਾਮ ਸੀ ਰੰਗੀਲਾ ਰਸੂਲ। ਦੁਖੀ ਹਿਰਦੇ ਮੁਸਲਮਾਨਾਂ ਨੇ ਉਸ ਵੇਲੇ ਕੇਸ ਕੀਤਾ, ਔਰ ਇਹੀ ਕੇਸ ਜਿਹੜਾ 295 ਇਹਦਾ, ਜਿਸ ਦੀ ਹੁਣ ਵਾਰ ਵਾਰ ਗੱਲ ਹੁੰਦੀ ਹੈ, ਉਹ ਕੇਸ ਮੁਸਲਮਾਨ ਹਾਰ ਗਏ। ਤਾਂ ਉਸ ਵਕਤ ਇੱਕ ਨੌਜਵਾਨ ਮੁਸਲਮਾਨ ਨੇ ਸ਼ਰਧਾਨੰਦ ਫਲੋਰੀ, ਜੋ ਆਰੀਆ ਸਮਾਜੀ ਸਨ, ਉਹਨਾਂ ਦੇ ਦਫ਼ਤਰ ਵਿੱਚ ਜਾ ਕੇ ਉਸਦਾ ਕਤਲ ਕਰ ਦਿੱਤਾ। ਜਦੋਂ ਉਸ ਕਾਤਲ ਨੂੰ ਸਜ਼ਾ ਹੋਈ ਫਾਂਸੀ ਦੀ, ਉਸਦੇ ਜਨਾਜ਼ੇ ਦੇ ਵਿੱਚ ਸਾਰੀ ਦੀ ਸਾਰੀ
ਲੀਡਰਸ਼ਿਪ, ਮੁਸਲਿਮ ਲੀਗ ਦੀ ਲੀਡਰਸ਼ਿਪ ਉਹਦੇ 'ਚ ਸ਼ਾਮਲ ਹੋਈ। ਅਲਾਮਾ ਇਕਬਾਲ ਜਿਨ੍ਹਾਂ ਨੇ ਪਹਿਲੇ ਪੜ੍ਹਿਆ ਸੀ, ਸਾਰੇ ਹਿੰਦ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈ ਇਸਕੀ ਯੇ ਗੁਲਸਤਾਂ ਹਮਾਰਾ, ਉੱਥੇ ਉਹਨਾਂ ਨੇ ਇੱਕ ਸ਼ੇਅਰ ਪੜ੍ਹਿਆ, ਮੁੱਦਤੇ ਗੁਜ਼ਰੀ ਹੈ ਰੰਜੋ ਗਮ ਸਹਿਤੇ ਹੋਏ, ਅਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੋਏ। ਜਿਸ ਸ਼ਖਸ ਨੇ ਇਤਨੀ ਜ਼ਬਰਦਸਤ ਨਾ ਕੇਵਲ ਗੁਰੂ ਦੀ ਨਰਾਦਰੀ ਕੀਤੀ ਹੋਏ ਔਰ ਉਹ ਵੀ ਪੰਜਾਬ ਦੀ ਧਰਤੀ ਦੇ ਉੱਤੇ, ਜਿਹੜੀ ਧਾਰਾ 295 ਏ ਬਹੁਤ ਸਪਸ਼ਟ ਕਹਿ ਰਹੀ ਹੈ ਕਿ ਸਹੀ ਲਿਖ ਰਿਹਾ ਹੈ ਜਾਂ ਗਲਤ ਲਿਖ ਰਿਹਾ, ਇਸ ਦਾ ਵੀ ਸਵਾਲ ਨਹੀਂ ਹੈ। ਜੇਕਰ ਕਿਸੇ ਵੀ ਚੀਜ਼ ਦੇ ਲਿਖੇ ਜਾਣ ਨਾਲ ਕਿ ਅਗਰ ਕਿਸੇ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੁੰਦੀਆਂ ਹਨ, ਉਹਨਾਂ ਨੂੰ ਸੱਟ ਪੁੱਜਦੀ ਹੈ, ਤਾਂ ਫਿਰ ਐਸੇ ਬੰਦੇ ਨੂੰ ਜੇਲ੍ਹ ਜਾਣਾ ਪਏਗਾ। ਸਾਡੇ ਕੋਲ ਹੁਣੇ ਪਿੱਛੇ ਜਿਹੇ ਇੱਕ ਐਗਜ਼ਾਮਪਲ ਹੈ ਪੰਜਾਬ ਦੇ ਵਿੱਚ ਹੀ, ਸਰਿਤਾ ਦਿੱਲੀ 'ਚੋਂ ਮੈਗਜ਼ੀਨ ਨਿਕਲਦੀ ਹੈ, ਉਸਨੇ ਕੁਛ ਸ਼ਿਵਜੀ ਬਾਰੇ ਕੋ ਆਰਟੀਕਲ ਛਾਪਿਆ, ਤਾਂ ਉਹਦੇ 'ਤੇ ਜਦੋਂ ਮੁਕੱਦਮਾ ਦਰਜ ਹੋਇਆ ਤਾਂ ਉਸਨੇ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਦਿੱਤੀ ਔਰ ਉਸਨੇ ਕਿਹਾ ਕਿ ਜੋ ਲਿਖਿਆ ਹੈ ਮੈਂ ਸਾਬਤ ਕਰਾਂਗਾ, ਤਾਂ ਜੱਜਸ ਨੇ ਉਸ ਵੇਲੇ ਕਿਹਾ ਕਿ ਨਹੀਂ, ਜੋ ਤੂੰ ਲਿਖ ਰਿਹਾ ਹੈ ਅਸੀਂ ਵੀ ਉਹ ਲਿਖਾਂਗੇ, ਪਰ ਲਿਖਣ ਦਾ ਢੰਗ ਵੱਖਰਾ ਹੈ, ਤੇਰੇ ਲਿਖਣ ਦੇ ਢੰਗ ਦੇ ਨਾਲ ਹੈ ਕਿ ਤੂੰ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤੈਨੂੰ ਜੇਲ੍ਹ ਜਾਣਾ ਪਏਗਾ। ਉਹਦੀ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ। ਇਹ ਪਖੰਡੀ ਸਾਧ ਜਿਹੜਾ ਆਪਣੇ ਆਪ ਨੂੰ ਸੱਚਾ ਸੌਦਾ ਕਹਿ ਰਿਹਾ ਹੈ, ਨਾ ਕੇਵਲ ਸੱਚਾ ਸੌਦਾ ਕਹਿ ਰਿਹਾ ਹੈ ਬਲਕਿ ਸਰਕਾਰ ਦੀਆਂ ਆਪਣੀ ਏਜੰਸੀਜ਼ ਦੇ ਮੁਤਾਬਕ ਇਸ ਦੇ ਉੱਤੇ ਚਾਰਜਸ਼ੀਟ ਆਇਦ ਹੈ, ਜਿਹੜਾ ਨਾ ਕੇਵਲ ਬਲਾਤਕਾਰ ਦੇ ਇਸ ਦੇ 'ਤੇ ਮੁਕੱਦਮੇ ਹਨ, ਪਖੰਡ ਦੇ, ਰੇਪ ਦੇ, ਚੀਟਿੰਗ ਦੇ, ਜ਼ਨਾਕਾਰੀ ਦੇ, ਹਰ ਕਿਸਮ ਦੇ ਇਸ 'ਤੇ ਮੁਕੱਦਮੇ ਦਰਜ ਹਨ। ਸਿੱਖਾਂ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਨੂੰ ਡਿਕਲੇਅਰ ਕੀਤਾ ਹੈ ਕਿ ਇਹ ਦੰਭੀ ਹੈ, ਪਖੰਡੀ ਹੈ, ਇਹ ਬੇਈਮਾਨ ਹੈ। ਇਤਨੀ ਵੱਡੀ ਕੌਮ ਦੀ ਅਗਰ ਇਤਨੀ ਵੱਡੀ ਸੰਸਥਾ ਅਗਰ ਇਸ ਨੂੰ ਇਹ ਡਿਕਲੇਅਰ ਵੀ ਕਰ ਦਿੰਦੀ ਹੈ, ਪਰ ਉਸ ਦੇ ਬਾਵਜੂਦ ਇਸ 'ਤੇ ਕੋਈ ਰੋਕ ਨਹੀਂ ਲਾਈ ਜਾਂਦੀ। ਨਾ ਕੇਵਲ ਰੋਕ ਲਾਈ ਜਾਂਦੀ ਹੈ, ਹੁਣ ਤਾਂ ਉਸ ਤੋਂ ਵੀ ਵੱਡਾ ਦੁਖਾਂਤ ਇਹ ਹੈ ਕਿ ਨਾ ਕੇਵਲ ਕਾਂਗਰਸ, ਨਾ ਕੇਵਲ ਅਕਾਲੀ, ਨਾ ਕੇਵਲ ਕੋਈ ਹੋਰ, ਹਰ ਪਾਰਟੀ ਦੇ ਬੰਦੇ ਉਸ ਦੇ ਅੱਗੇ ਖੜ ਕੇ ਪ੍ਰਾਰਥਨਾ ਕਰ ਰਹੇ ਹਨ ਕਿ ਬਾਬਾ ਜੀ ਸਾਨੂੰ ਵੋਟ ਦੇਣਾ। ਕੀ ਇਹੀ ਗੁਰੂ ਨੂੰ ਸਮਰਪਿਤ ਹੋਣ ਦਾ ਚਿੰਨ੍ਹ ਹੈ? ਕੀ ਅਸੀਂ ਵੱਖ ਵੱਖ ਪਾਰਟੀਆਂ ਦੇ ਹੁੰਦਿਆਂ ਕੀ ਅਸੀਂ ਸਿੱਖ ਵੀ ਨਹੀਂ ਰਹੇ? ਕੀ ਸਾਨੂੰ ਗੁਰੂ ਦੀ ਨਿੰਦਾ ਜਿਹੜੀ ਹੈ ਉਸ ਤੋਂ ਵੀ ਹੁਣ ਸਾਨੂੰ ਕੋਈ ਇਤਰਾਜ਼ ਨਹੀਂ? ਸਾਡੇ ਜੀਵਨ ਦਾ ਮਨੋਰਥ ਕੀ ਸੀ? ਇਹ ਜੋ ਇਸ ਪਖੰਡੀ ਸਾਧ ਨੇ ਜਿਸ ਢੰਗ ਦੇ ਨਾਲ ਜੋ ਕੁਛ ਕੀਤਾ ਹੈ ਉਹ ਅਸੀਂ ਆਪ ਨਾਲ ਸਾਂਝੇ ਕਰਾਂਗੇ ਔਰ ਆਪ ਨੂੰ ਕੁਛ ਤਸਵੀਰਾਂ ਰਾਹੀਂ ਅਸੀਂ ਉਹ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ। ਇਸ ਸਾਰੇ ਦੁਖਾਂਤ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਉਸਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਹ ਬਾਣਾ ਪਾ ਕੇ, ਕਲਗੀ ਲਗਾ ਕੇ, ਉਸੇ ਤਰੀਕੇ ਦੇ ਨਾਲ ਕਮਰਬੰਦ ਜੋ ਹੈ, ਕਮਰਕਸਾ ਸਜਾਇਆ, ਸਾਰਾ ਕੁਛ ਕਰਕੇ ਔਰ ਜਿਹੜੀ ਤਸਵੀਰ ਉਸਨੇ ਛਾਪੀ ਆਪਣੇ ਪਰਚੇ ਦੇ ਵਿੱਚ, ਕੇਵਲ ਤਸਵੀਰ ਹੀ ਨਹੀਂ ਛਾਪੀ ਬਲਕਿ ਇੱਕ ਓਂਕਾਰ ਨੂੰ ਆਪਣੀ ਜੁੱਤੀ ਦੇ ਨਾਲ ਰੱਖਿਆ,
ਕਿੰਨੀ ਕੁ ਦੇਰ ਹੋਰ ਸਾਨੂੰ ਕਰਨਾ ਪਏਗਾ? ਕੀ ਇਹ ਸਮਝ ਲਿਆ ਗਿਆ ਹੈ ਕਿ ਸਿੱਖ ਹੁਣ ਇਸ ਦੇਸ਼ ਦੇ ਵਸਨੀਕ ਨਹੀਂ ਹਨ? ਜੇ ਸਰਿਤਾ ਦੇ ਉੱਤੇ ਕੇਸ ਹੋ ਕੇ ਉਸ ਐਡੀਟਰ ਨੂੰ ਅੰਦਰ ਕੀਤਾ ਜਾ ਸਕਦਾ ਹੈ, ਹੋਰ ਸੈਂਕੜੇ ਮੁਕੱਦਮੇ ਹਨ ਜਿਹੜੇ ਕਿ ਧਾਰਾ 295 ਏ ਦੇ ਜਿਨ੍ਹਾਂ ਦੇ ਅੰਦਰ ਐਕਸ਼ਨ ਲਿਆ ਗਿਆ ਹੈ। ਪਰ ਕੀ ਇਸ ਪਖੰਡੀ ਸਾਧ ਦੇ ਉੱਤੇ ਇਸ ਨੂੰ ਖੁੱਲ੍ਹ ਦੇ ਕੇ, ਨਾ ਕੇਵਲ ਖੁੱਲ੍ਹ ਦੇ ਕੇ ਬਲਕਿ ਉਸ ਨੂੰ ਸਨਮਾਨ ਦੇ ਕੇ, ਜਦੋਂ ਅੱਜ TV ਦੇ ਉੱਤੇ ਕਿਹਾ ਜਾ ਰਿਹਾ ਹੈ ਅਸੀਂ ਬਾਬਾ ਜੀ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਸਾਨੂੰ ਵੋਟਾਂ ਦੇਣ, ਔਰ ਉਹ ਵੀ ਆਪਣੀ ਸ਼ਾਇਦ ਉਸ ਨਿਊਸੈਂਸ ਵੈਲਿਊ ਨੂੰ ਦੇਖਦਿਆਂ ਹੋਇਆਂ, ਕਦੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਮਾਫ਼ੀ ਮੰਗਦਾ ਹਾਂ, ਕਦੀ ਕੁਛ ਲਿਖ ਰਿਹਾ ਹੈ, ਔਰ ਹੁਣ ਉਹ ਕਹਿ ਰਿਹਾ ਹੈ ਜਬ ਮੈਨੇ ਗਲਤੀ ਨਹੀਂ ਕੀ ਤੋ ਮੈਂ ਮਾਫ਼ੀ ਕਿਸ ਚੀਜ਼ ਕੀ, ਸੰਵਿਧਾਨ ਮੇਂ ਕਹਾਂ ਲਿਖਾ ਹੈ ਕਿ ਮੈਂ ਐਸੇ ਕੱਪੜੇ ਨਹੀਂ ਪਹਿਨ ਸਕਦਾ। ਇਹਨਾਂ ਦਾ ਜਵਾਬ ਸ਼ਾਇਦ ਦਲੀਲਾਂ ਨਾਲ ਨਹੀਂ ਹੈ, ਪਰ ਇਸ ਨੂੰ ਵੀ ਹੁਣ ਇਹ ਸ਼ਾਇਦ ਯਕੀਨ ਹੋ ਗਿਆ ਹੈ ਕਿ ਭਾਵੇਂ ਪੰਜਾਬ ਸਰਕਾਰ ਹੋਏ, ਭਾਵੇਂ ਉਹ ਸੰਘ ਸਰਕਾਰ ਜਿਸ ਨੂੰ ਯੂਨੀਅਨ ਗਵਰਨਮੈਂਟ ਕਿਹਾ ਜਾਂਦਾ ਹੈ ਉਹ ਹੋਵੇ, ਭਾਵੇਂ ਐਡਮਿਨਿਸਟ੍ਰੇਸ਼ਨ ਹੋਵੇ, ਇਸ ਦੇ ਉੱਤੇ ਹੁਣ ਕੋਈ ਹੱਥ ਨਹੀਂ ਪਾ ਸਕਦਾ। ਇਹ ਜਿਹੜੀ ਦੁਖਾਂਤ ਵਾਲੀ ਜਿਹੜੀ ਸਥਿਤੀ ਹੈ, ਇਹ ਹਾਲਾਤ ਹੈ, ਇਹ ਬਹੁਤ ਖਤਰਨਾਕ ਹੈ। ਕੀ ਆਸ ਕਰੀਏ ਕਿ ਇਸ ਤੋਂ ਬਾਅਦ ਕੁਛ ਸਾਡੀ ਲੀਡਰਸ਼ਿਪ ਕੋਈ ਨਿਰਣਾਇਕ ਫੈਸਲੇ ਲਏਗੀ? ਬਾਰ ਬਾਰ ਇੱਕ ਡਰਾਮੇਬਾਜ਼ੀ ਕੀਤੀ ਜਾਂਦੀ ਹੈ ਕਿ ਹੁਣ ਉਸਨੇ ਮਾਫ਼ੀ ਮੰਗ ਲਈ। ਦਰਅਸਲ ਇਹ ਮਾਫ਼ੀਨਾਮੇ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਹ ਸਾਫ਼ ਕਹਿ ਰਿਹਾ ਹੈ ਮੈਂ ਕੋਈ ਮਾਫ਼ੀ ਨਹੀਂ ਮੰਗੀ, ਮੇਰੇ ਮਾਫ਼ੀ ਮੰਗਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਅੱਜ ਸਾਡੀਆਂ ਸਰਵਉੱਚ ਸੰਸਥਾਵਾਂ ਵੱਲੋਂ ਕਿਹਾ ਜਾਂਦਾ ਹੈ ਜੇ ਉਹ ਮਾਫ਼ੀ ਠੀਕ ਤਰ੍ਹਾਂ ਮੰਗੇ ਅਸੀਂ ਵਿਚਾਰ ਕਰਾਂਗੇ, ਜੇ ਉਹ ਮਾਫ਼ੀਨਾਮਾ ਆਏਗਾ ਅਸੀਂ ਉਸਨੂੰ ਦੇਖਾਂਗੇ। ਹੁਣ ਤਾਂ ਇਸੇ ਤਰ੍ਹਾਂ ਜਾਪਦਾ ਹੈ ਜਿਵੇਂ ਕੁਝ ਫੌਜੀ ਖੜ੍ਹੇ ਸਨ ਤਾਂ ਨਦੀ ਦੇ ਵਿੱਚ ਇੱਕ ਰਿੱਛ ਰੁੜਿਆ ਜਾਂਦਾ ਸੀ ਤਾਂ ਕਿਸੇ ਫੌਜੀ ਨੇ ਉਸਨੂੰ ਕੰਬਲ ਸਮਝ ਕੇ ਛਾਲ ਮਾਰ ਕੇ ਉਸਨੂੰ ਜੱਫਾ ਮਾਰ ਲਿਆ, ਉਲਟਾ ਰਿੱਛ ਨੇ ਉਹਨੂੰ ਫੜ ਲਿਆ। ਬਾਕੀ ਕਹਿਣ ਲੱਗੇ ਕਿ ਭਾਈ ਤੂੰ ਬਾਹਰ ਨਿਕਲ, ਬਾਹਰ ਨਹੀਂ ਨਿਕਲ ਰਿਹਾ। ਉਹ ਕਹਿਣ ਲੱਗਾ ਮੈਂ ਤਾਂ ਛੱਡ ਰਿਹਾ ਹਾਂ, ਇਹ ਕੰਬਲ ਨਹੀਂ ਮੈਨੂੰ ਛੱਡ ਰਿਹਾ। ਹੁਣ ਤਾਂ ਇਸੇ ਤਰ੍ਹਾਂ ਲੱਗਦਾ ਹੈ ਇਹ ਝੂਠੇ ਸਾਧ ਦਾ ਜਿਹੜਾ ਕੰਬਲ ਹੈ ਇਹ ਪੰਥ ਨੂੰ ਚਿੰਬੜ ਗਿਆ ਹੈ। ਪਰ ਇਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹ ਬਚਨ ਯਾਦ ਰੱਖਣੇ ਚਾਹੀਦੇ ਹਨ, ਦੇਵ ਪੀਰ ਵਿਸਾਰ ਕੇ ਪਰਮੇਸ਼ਰ ਆਪ ਕਹਾਏਗੇ, ਅੰਤ ਬਹੁ ਬਰਪਾਨ ਜੋ ਮਤ ਆਪ ਹੀ ਮਿਟ ਜਾਏਗੇ। ਇਹੋ ਜਿਹੇ ਕਈ ਪਖੰਡੀ ਹੋਣਗੇ, ਕਈ ਆਉਣਗੇ, ਕਈ ਪੈਦਾ ਹੋਣਗੇ। ਕਿੱਧਰ ਗਿਆ ਲੱਖੂ ਪਟੱਖੂ ਖਾਲਸੇ ਦਾ ਖੁਰਾ ਖੋਜ ਬਿਟਾਉਣ ਵਾਲਾ, ਕਿੱਧਰ ਗਿਆ ਨੁਰੰਗਾ ਤੁਰਕੜਾ ਜਿਨ ਖਿੱਚਿਓ ਹੰਕਾਰਾ, ਨਰਕੀ ਜਾਏ ਪਏ ਸਭ ਨਰਕੀ ਜਾਏ ਪੈਣਗੇ। ਆਓ ਇਸ ਐਪੀਸੋਡ ਦੇ ਕੁਛ ਅਸੀਂ ਤਸਵੀਰਾਂ ਦੇ ਨਾਲ ਦੇਖੀਏ, ਕਿਉਂਕਿ ਕਈ ਵਾਰ ਸੁਣੀ ਸੁਣਾਈ ਗੱਲ ਹੁੰਦੀ ਹੈ ਕਿ ਸ਼ਾਇਦ ਇਹ ਗੱਲ ਕਹੀ ਜਾ ਰਹੀ ਹੈ। ਹੁਣ ਜਿਹੜੀ ਸਭ ਤੋਂ ਪਹਿਲੀ ਤਸਵੀਰ ਆਪ ਵੇਖੋਗੇ, ਇਹ ਤਸਵੀਰ ਕਿਤਨੇ ਸਪਸ਼ਟ ਤੌਰ ਦੇ ਉੱਤੇ ਬਿਲਕੁਲ ਉਹੀ ਸਟਾਈਲ, ਉਹੀ ਕਮਰ ਕੱਸਾ, ਉਹੀ ਕਲਗੀ, ਉਹ ਸਾਰਾ ਕੁਛ ਲਗਾ ਕੇ ਇਹ ਕਿਸ ਨੂੰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਸਮਝਣਾ ਚਾਹੀਦਾ ਕਿ
ਸਿੱਖ ਪੰਥ ਦੇ ਵਿੱਚ ਤਾਂ ਗੁਰੂ ਸਾਹਿਬ ਦੇ ਜਾਂ ਮਹਾਨ ਸੂਰਮਿਆਂ ਦੇ ਡਰਾਮਾ ਵੀ ਨਹੀਂ ਕੀਤਾ ਜਾ ਸਕਦਾ, ਉਹਨਾਂ ਦੀ ਐਕਟਿੰਗ ਵੀ ਨਹੀਂ ਕੀਤੀ ਜਾ ਸਕਦੀ। ਤਾਂ ਇਹ ਗੁਰੂ ਸਾਹਿਬ ਦਾ ਜਿਹੜਾ ਸਾਂਗ ਲਗਾਉਣਾ, ਕੀ ਇਹ 295 ਇਹਦੇ ਤਹਿਤ ਨਹੀਂ ਆਉਂਦਾ? ਕੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਆਦੇਸ਼ ਪੰਜਾਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਜਾਰੀ ਕੀਤਾ ਗਿਆ ਹੈ ਕਿ ਇਸ ਸ਼ੈਤਾਨ ਦੀ, ਇਸ ਸ਼ੈਤਾਨੀਅਤ ਦੀ ਦੁਕਾਨ ਨੂੰ ਬੰਦ ਕੀਤਾ ਜਾਏ, ਇਸ 'ਤੇ ਕੜੀ ਕਾਰਵਾਈ ਕੀਤੀ ਜਾਏ, ਤਾਂ ਕਿ ਪੰਥਕ ਸਰਕਾਰ ਦੇ ਹੁੰਦਿਆਂ ਅਗਰ ਇਹ ਕੰਮ ਵੀ ਨਹੀਂ ਹੋ ਸਕਦਾ, ਫਿਰ ਅਸੀਂ ਕਦੋਂ ਚੇਤਾਂਗੇ? ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ, ਇਹ ਬਲਬੀਰ ਪੁੰਜ, ਜਿਹੜੇ ਕਿ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਈਵਾਲ ਹਨ, ਇਹਨਾਂ ਨੇ ਖੁੱਲ੍ਹੇਆਮ ਕਿਹਾ ਹੈ ਕਿ ਮੈਂ ਬਾਬਾ ਜੀ ਸੇ ਪ੍ਰਾਰਥਨਾ ਕਰਤਾ ਹੂੰ ਕਿ ਵੋ ਹਮੇ ਹਮਾਰੇ ਸਾਂਝੇ ਮੋਰਚੇ ਕੋ ਯੇ ਵੋਟ ਦੇ। ਅਤੇ ਜੇ ਤੁਸੀਂ ਉਸਦੇ ਕੋਲ ਵੋਟਾਂ ਮੰਗੋਗੇ ਤਾਂ ਉਸਦੀ ਕੀਮਤ ਕੀ ਅਦਾ ਕਰੋਗੇ? ਕੀ ਤੁਸੀਂ ਗੁਰੂ ਨਿੰਦਾ ਦੇ ਨਾਲ ਉਸਦੀ ਤੁਸੀਂ ਕੀਮਤ ਅਦਾ ਕਰੋਗੇ? ਸ਼ਰਮਕੁਨ, ਹਾਂ ਸ਼ਰਮਕੁਨ, ਹਾਂ ਸ਼ਰਮਕੁਨ, ਭਾਈ ਨੰਦ ਲਾਲ ਜੀ ਨੇ ਕਿਹਾ ਸੀ। ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ, ਇਹ ਉਸ ਪਖੰਡ ਵਾਲੇ ਦਿਨ ਇਹ ਬਹਿਰੂਪੀਆ ਆਸ਼ੀਰਵਾਦ ਦੇ ਰਿਹਾ ਹੈ ਸੰਗਤ ਨੂੰ। ਉਸ ਸੰਗਤ ਨੂੰ, ਉਹ ਜਿਹੜੀ ਭੀੜ ਹੈ, ਉਸ ਨੂੰ ਇਹ ਆਸ਼ੀਰਵਾਦ ਦੇ ਰਿਹਾ ਹੈ। ਇਸ ਤੋਂ ਬਾਅਦ ਜਿਹੜਾ ਲਫਜ਼ ਅਸੀਂ ਵਰਤਿਆ ਹੈ ਬਹਿਰੂਪੀਆ, ਉਹ ਬਹੁਤ ਸੋਚ ਸਮਝ ਕੇ ਹੈ। ਦੀਦਾਰ, ਗੁਫਤਾਰ ਅਤੇ ਕਿਰਦਾਰ, ਇਹ ਤਿੰਨ ਲਫਜ਼ ਹੁੰਦੇ ਹਨ। ਜੋ ਮੈਂ ਹਾਂ ਉਹ ਮੈਂ ਅੰਦਰੋਂ ਹਾਂ, ਉਹ ਮੈਂ ਬਾਹਰੋਂ ਹਾਂ। ਹਜ਼ੂਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ, ਮੈਂ ਕੋਈ ਭੇਖ ਨਹੀਂ ਕਰਾਂਗਾ, ਮੈਂ ਕਿਸੇ ਭੇਖ ਨੂੰ ਨਹੀਂ ਧਾਰਨ ਕਰਾਂਗਾ, ਜੋ ਮੈਂ ਹਾਂ ਉਹੀ ਮੈਂ ਰਹਾਂਗਾ, ਉਹੀ ਮੈਂ ਦੱਸਾਂਗਾ। ਹਜ਼ੂਰ ਨੇ ਕਿਹਾ ਸੀ, ਅਭੇਖ ਬੀਜ ਬੀਜ ਹੋ, ਅਲੇਖ ਬੀਜ ਬੀਜ ਹੋ, ਅਨੰਤ ਨਾਮ ਗਾਏ ਹੋ, ਪਰਮ ਪੁਰਖ ਪਾਏ ਹੋ। ਹਜ਼ੂਰ ਨੇ ਕਿਹਾ ਕਿ ਮੈਂ ਨਮੁੰਦਰ ਕਾ ਸੁਧਾਰ ਹੋ, ਮੈਂ ਕੋਈ ਜਟਾਵਾਂ ਨਹੀਂ ਵਧਾਵਾਂਗਾ, ਨਾ ਮੁੰਦਰਕਾਂ ਪਾਵਾਂਗਾ, ਜੋ ਮੈਂ ਹਾਂ। ਇਹ ਹੁਣ ਤਸਵੀਰ ਆਪ ਵੇਖ ਰਹੇ ਹੋ, ਇਹ ਇਸ ਬਹਿਰੂਪੀਏ ਦੇ ਵੱਖ ਵੱਖ ਰੂਪ ਹਨ। ਕਦੀ ਤਾਂ ਉਹ ਅੰਮ੍ਰਿਤ ਤਿਆਰ ਕਰਨ ਦਾ ਬਾਟੇ ਦਾ ਉਹ ਸਵਾਂਗ ਰਚ ਰਿਹਾ ਹੈ, ਕਦੀ ਉਹ ਪੀ ਰਿਹਾ ਹੈ ਜਿਸ ਨੂੰ ਉਹ ਜਾਮੇ ਇੰਸਾਂ ਕਹਿ ਰਿਹਾ ਹੈ। ਇਸ ਤੋਂ ਅਗਲੀ ਤਸਵੀਰ ਵੀ ਆਪ ਵੇਖੋਗੇ, ਇਹ ਵੀ ਇਸੇ ਤਰ੍ਹਾਂ ਦਾ ਇੱਕ ਹੋਰ ਡਰਾਮਾ ਹੈ। ਇਹਦੇ ਬਾਰ ਬਾਰ ਜਿਵੇਂ ਕੋਈ ਡਰਾਮੇ ਦੇ ਵਿੱਚ ਭੰਡ ਜਾਂ ਭਾਂਡ, ਜਿਵੇਂ ਬਦਲ ਬਦਲ ਕੇ ਕੱਪੜੇ ਆਉਂਦੇ ਹਨ, ਇਹ ਉਹ ਦਿਖਾਉਣਾ ਚਾਹੁੰਦਾ ਹੈ, ਇਹ ਕੀ ਚੀਜ਼ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਅਗਲੀ ਤਸਵੀਰ ਆਪ ਵੇਖੋ, ਇਹ ਵੀ ਉਸੇ ਲੜੀ ਦਾ ਇੱਕ ਹੋਰ ਰੂਪ ਹੈ। ਇਸ ਤੋਂ ਅਗਲੀ ਤਸਵੀਰ ਬਹੁਤ ਹੀ ਹਿਰਦੇ ਵਿਦਾਇਕ ਹੈ। ਇਸ ਵਿੱਚ ਆਪ ਵੇਖ ਰਹੇ ਹੋ ਕਿ ਇਸ ਦੇ ਆਪਣੇ ਰਸਾਲੇ ਦੇ ਵਿੱਚ ਜੁੱਤੀ ਦੇ ਨਾਲ ਇੱਕ ਓਂਕਾਰ ਦਾ ਉਹ ਚਿੰਨ੍ਹ ਅੰਕਿਤ ਕੀਤਾ ਗਿਆ ਹੈ। ਕੀ ਇਹ ਹਾਲੇ ਵੀ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾ ਰਹੀ? ਕੀ ਹਾਲੇ ਵੀ ਸਾਡੀ
ਸੈਂਸਿਟਿਵਿਟੀਆਂ ਜਿਹੜੀਆਂ ਹਨ ਉਹ ਇਸ ਕਦਰ ਨਿਰਲੇਪ ਹੋ ਚੁੱਕੀਆਂ ਹਨ ਕਿ ਸਾਨੂੰ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ। ਨਾ ਕੇਵਲ ਇੱਥੇ ਤੱਕ ਹੀ, ਇੱਕ ਓਂਕਾਰ ਦਾ ਲਫ਼ਜ਼ ਉਹ ਪਾਵਨ ਲਫ਼ਜ਼ ਹੈ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੀ ਕਲਮ ਦੇ ਨਾਲ ਅੰਕਿਤ ਕੀਤਾ। ਉਹ ਸ਼ੁਰੂਆਤ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਪਾਵਨ ਗੁਰਬਾਣੀ ਦੀ। ਉਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਪਰ ਅਗਲੀ ਤਸਵੀਰ ਵਿੱਚ ਆਪ ਵੇਖੋ, ਇਸਨੇ ਉਸ ਇੱਕ ਓਂਕਾਰ ਨੂੰ ਵੀ ਤਬਦੀਲ ਕਰ ਦਿੱਤਾ ਹੈ। ਇਹ ਜੋ ਢੰਗ ਹੈ ਕਿ ਕਿਸੇ ਇੱਕ ਚੀਜ਼ ਨੂੰ ਤਾਂ ਮਾਫ਼ ਕਰ ਦੇਵੇ, ਪਰ ਨਹੀਂ, ਲੱਗਦਾ ਹੈ ਇਹ ਕਿਸਮ ਨਾਲ ਟੈਸਟ ਕਰ ਰਿਹਾ ਹੈ ਕਿ ਕੌਮ ਦੇ ਵਿੱਚ ਅਜੇ ਜਜ਼ਬਾ ਹੈ ਕਿ ਨਹੀਂ। ਇਹ ਸ਼ਾਇਦ ਕੌਮੀ ਜਲਾਲ ਨੂੰ ਪਰਖਣਾ ਚਾਹੁੰਦਾ ਹੈ। ਇਸ ਤੋਂ ਅਗਲੀ ਤਸਵੀਰ ਜੋ ਆਪ ਵੇਖ ਰਹੇ ਹੋ, ਨਮਰੂਦ ਨੇ ਪਹਿਲਾਂ ਕਿਹਾ ਸੀ ਕਿ ਮੈਂ ਰੱਬ ਹਾਂ, ਹਰਨਾਕਸ਼ ਨੇ ਕਿਹਾ ਸੀ ਮੈਂ ਰੱਬ ਹਾਂ, ਪਰ ਆਪ ਵੇਖੋਗੇ ਕਿ ਇਹ ਕਹਿ ਰਿਹਾ ਹੈ, ਖੱਬੇ ਪਾਸੇ ਲਿਖਿਆ ਹੈ ਨਾਮ, ਵਰਡ, ਇਹ ਸਾਰਾ ਕੁਝ ਹੈ, ਇਜ਼ ਦਾ ਕੀ ਟੂ ਬੀਟ ਗੋਡ। ਅਤੇ ਗੋਡ ਕੌਣ ਹੈ? ਉਹ ਲਿਖਿਆ ਹੈ ਗੋਡ ਵਿਦ ਇਨ ਬ੍ਰੈਕਟ ਲਿਖਿਆ ਹੈ ਸੇਂਟ ਗੁਰਮੀਤ ਰਾਮ ਰਹੀਮ ਸਿੰਘ ਜੀ। ਅੱਗੇ ਤਾਂ ਇਹ ਆਪਣੇ ਆਪ ਨੂੰ ਸੰਤ ਕਹਿੰਦਾ, ਕਦੀ ਗੁਰੂ ਕਹਿੰਦਾ, ਹੁਣ ਤਾਂ ਆਪਣੇ ਆਪ ਨੂੰ ਗੋਡ ਵੀ ਕਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇੱਕ ਗੱਲ ਯਾਦ ਆ ਰਹੀ ਹੈ, ਐਨ ਅੱਲਾ ਨਾਂ ਦਾ ਇੱਕ ਬੰਦਾ ਸੀ, ਉਸਨੇ ਆਪਣੇ ਆਪ ਨੂੰ ਪੈਗੰਬਰ ਡਿਕਲੇਅਰ ਕਰ ਦਿੱਤਾ। ਉਸ ਦੇ ਉੱਤੇ ਗਿਆ ਦੇ ਵਿੱਚ ਕੇਸ ਹੋਇਆ ਤਾਂ ਉਸ ਵੇਲੇ ਕਿਸੇ ਨੂੰ ਸੱਦਿਆ ਗਿਆ ਕਿ ਭਾਈ ਤੂੰ ਆ ਕੇ ਗਵਾਹੀ ਦੇ। ਉਸਨੂੰ ਕਿਹਾ ਕਿ ਇਹ ਬੰਦਾ ਕਹਿ ਰਿਹਾ ਹੈ ਕਿ ਮੈਂ ਪੈਗੰਬਰ ਹਾਂ। ਤਾਂ ਉਹ ਜਿਹੜਾ ਗਵਾਹੀ ਦੇਣ ਆਇਆ ਸੀ ਉਹ ਕਹਿਣ ਲੱਗਾ, ਇਹ ਝੂਠਾ ਹੈ, ਬਕਵਾਸ ਕਰ ਰਿਹਾ, ਮੈਂ ਇਹਨੂੰ ਭੇਜਿਆ ਹੀ ਨਹੀਂ। ਪੰਜਾਬ ਦੇ ਵਿੱਚ ਗੁਰੂ ਤਾਂ ਬਹੁਤ ਸੀ, ਪਰ ਇਹ ਸ਼ਾਇਦ ਪਹਿਲੀ ਵਾਰੀ ਹੈ ਜਿਸ ਨੇ ਆਪਣੇ ਆਪ ਨੂੰ ਹੁਣ ਗੋਡ ਵੀ ਡਿਕਲੇਅਰ ਕਰ ਦਿੱਤਾ ਹੈ। ਹੁਣ ਇਸ ਤੋਂ ਲੱਗਦਾ ਹੈ ਖਤਰਾ ਘੱਟ ਜਾਏਗਾ। ਇਸ ਤੋਂ ਅਗਲੀ ਤਸਵੀਰ ਆਪ ਵੇਖੋਗੇ, ਇਹ ਤਸਵੀਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਸ ਪਾਵਨ ਅਸਥਾਨ ਸੱਚਾ ਸੌਦਾ ਦੀ ਹੈ। ਇਹ ਸੱਚਾ ਸੌਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਨਕਾਣਾ ਸਾਹਿਬ ਦੀ ਚੂਹੜਕਾਣੇ ਦੀ ਉਸ ਪਾਵਨ ਧਰਤੀ 'ਤੇ ਸ਼ੁਰੂ ਕੀਤਾ। ਹੱਟ ਖੁੱਲ੍ਹ ਗਈ ਬਾਬੇ ਨਾਨਕ ਦੀ, ਸੌਦਾ ਲੈਣਗੇ ਨਸੀਬਾਂ ਵਾਲੇ, ਪੰਜਾਬ ਦਾ ਲੋਕ ਗੀਤ ਪ੍ਰਚਲਿਤ ਹੋਇਆ ਸੀ। ਤੇਜਾ ਸਿੰਘ ਸਾਬਰ ਨੇ ਬਹੁਤ ਸੋਹਣਾ ਲਿਖਿਆ ਸੀ, ਸੁੱਕੀ ਦੀ ਲੱਕੜੀ ਨੂੰ ਇੱਕ ਦੋ ਨੇ ਤਾਰਾਂ, ਜਦੋਂ ਨਾਲ ਗਾਵੇ ਨਸ਼ਾ ਹੁੰਦਾ ਜਾਂਦਾ, ਬੜੇ ਮਿੱਠੇ ਮਿੱਠੇ ਬੜੇ ਸੋਹਣੇ ਸੋਹਣੇ ਉਹ ਨਗਮੇ ਸੁਣਾਉਂਦਾ, ਕਰਤਾਰ 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 ਕਹਿੰਦਾ ਅਤੇ ਸੱਚਮੁੱਚ ਹੀ ਕਰਤਾ ਉਹ ਦਿਸਦਾ ਦਿਸਾਉਂਦਾ ਹੈ। ਕਿਉਂ ਜੀ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ, ਉਹ ਰਾਗੀ ਵੀ ਡਿੱਠਾ, ਹਾਂ ਜੀ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ, ਰਬਾਬੀ ਵੀ ਡਿੱਠਾ, ਘਰੋਂ ਵੀ ਰੁਪਈਏ ਨਗਦ ਲੈ ਗਿਆ ਸੀ ਅਤੇ ਕਹਿੰਦਾ ਇਹ ਕਰਨਾ ਕਮਾਈ ਦਾ ਸੌਦਾ, ਸੁਣਿਆ ਇਹ ਸੰਤਾਂ ਨੂੰ ਸਾਰੇ ਖਵਾ ਕੇ ਅਤੇ ਕਹਿੰਦਾ ਸੀ ਕੀਤਾ ਸੱਚਾਈ ਦਾ ਸੌਦਾ, ਹਾਂ ਜੀ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ, ਵਪਾਰੀ ਵੀ ਡਿੱਠਾ, ਕਿਉਂ ਜੀ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਫਿਰਦਾ ਫਿਰਾਂਦਾ, ਰਬਾਬੀ ਵੀ ਡਿੱਠਾ। ਇਹ ਸੱਚਾ ਸੌਦਾ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ, ਇਹ ਸੌਦਾ ਸੱਚ ਦਾ ਸੌਦਾ ਹੈ, ਇਹ ਸੌਦਾ ਸੱਚ ਦਾ ਹੈ, ਜਿਸ ਨੂੰ ਫਿਰ ਸ਼ਹੀਦੀ ਲੜੀ ਦੇ ਨਾਲ ਜਿਸ ਨੂੰ ਗੁਰੂ ਸਾਹਿਬ ਨੇ ਉਸ ਹਾਰ ਨੂੰ ਪਰੋਇਆ, ਉਸ ਦੀ ਨਕਲ ਲਗਾ ਕੇ, ਨਾ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਬਾਣੇ ਦੀ ਗੱਲ ਨਹੀਂ ਹੋ ਰਹੀ, ਇਸ ਨੇ ਉਹ ਸਾਰੀ ਦੀ ਸਾਰੀ ਸ਼ਬਦਾਵਲੀ
ਗੁਰੂ ਨਾਨਕ ਸਾਹਿਬ ਦੀ ਨਕਲ ਹੋਰ ਵੀ ਜਿਹੜੇ ਹਨ ਅਸੀਂ ਅੱਗੇ ਦਿਖਾਵਾਂਗੇ। ਅੱਜ ਦੇ ਇਸ ਬਹੁਤ ਅਹਿਮ ਇਸ ਮੁੱਦੇ ਦੇ ਉੱਤੇ ਸਾਨੂੰ ਆਪ ਦੇ ਟੈਲੀਫੋਨਸ ਦਾ ਇੰਤਜ਼ਾਰ ਹੋਏਗਾ। ਆਪ ਦੇ ਫੋਨ ਕਰਕੇ ਆਪ ਦੇ ਵਿਚਾਰ ਅਸੀਂ 10 ਕੁ ਮਿੰਟ ਬਾਅਦ ਅਸੀਂ ਆਪ ਦੇ ਵਿਚਾਰ ਲਵਾਂਗੇ। ਹੁਣ ਸਾਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਹੈ, ਆਪ ਇਸ ਦੇ ਬਾਅਦ ਫਿਰ ਆਪ ਦੇ ਕੋਲ ਹਾਜ਼ਰ ਹੋਵਾਂਗੇ। ਆਪ ਇੱਥੇ ਹੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਰਹਿਣ ਦੀ ਕਿਰਪਾ ਕਰਨ। ਇੱਕ ਬ੍ਰੇਕ। ਜਸ ਪੰਜਾਬੀ ਦੇ ਇਸ ਐਪੀਸੋਡ ਦੇ ਦੂਜੇ ਵਕਫੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਇਸ ਪਖੰਡੀ ਸਾਧ ਬਾਰੇ, ਜਿਹੜਾ ਕਿ ਹੁਣ ਕੌਮ ਨੂੰ, ਪੰਜਾਬ ਨੂੰ, ਪੰਥ ਨੂੰ ਔਰ ਦੇਸ਼ ਨੂੰ ਨਾਸੂਰ ਦੀ ਤਰ੍ਹਾਂ ਚਿੰਬੜਿਆ ਹੋਇਆ ਹੈ। ਇਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਕਹੀ ਜਾ ਰਹੀ ਹੈ ਬਾਰ ਬਾਰ, ਕਿ ਇਹ ਮਾਫ਼ੀ ਮੰਗ ਰਿਹਾ ਹੈ, ਮਾਫ਼ੀ ਦੇ ਦਿੱਤੀ ਜਾਏ, ਮਾਫ਼ੀ ਹੋ ਗਈ, ਜੇ ਮਾਫ਼ੀ ਆ ਜਾਏ। ਗੁਰਮਤਿ ਦੇ ਸਿਧਾਂਤ ਮੁਤਾਬਕ ਮਾਫ਼ੀ ਦਾ, ਜਿਹੜੀ ਬਹੁਤ ਦੇਖਣ ਵਾਲੀ ਵਿਚਾਰਨ ਵਾਲੀ ਗੱਲ ਹੈ, ਮਾਫ਼ੀ ਦਾ ਵਿਧਾਨ ਗੁਰਮਤਿ ਵਿੱਚ ਹੈ ਹੀ ਨਹੀਂ। ਜੇਕਰ ਕਿਸੇ ਨੇ ਧਾਰਮਿਕ ਤੌਰ ਦੇ ਉੱਤੇ ਕੋਈ ਗੁਨਾਹ ਕੀਤਾ ਹੈ ਤਾਂ ਉਸ ਨੂੰ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਉਹ ਤਨਖਾਹ ਲਵਾਉਣੀ ਪੈਂਦੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਉਹ ਕੌਤਕ ਕੀਤਾ ਸੀ, ਚੋਜ ਕੀਤਾ ਸੀ, ਜਿਹੜਾ ਦਾਦੂ ਦੀ ਕਬਰ ਵੱਲ ਜਦੋਂ ਉਹਨਾਂ ਨੇ ਨਮਸਤੰਗ ਅਕਾਲੇ ਕਿਹਾ ਸੀ, ਉਹਨਾਂ ਨੇ ਵੀ ਤਨਖਾਹ ਲਵਾਈ ਸੀ। ਜੇ ਮਾਸਟਰ ਤਾਰਾ ਸਿੰਘ, ਮਹਾਰਾਜਾ ਰਣਜੀਤ ਸਿੰਘ, ਜੇ ਪੂਰੀ ਸ਼੍ਰੋਮਣੀ ਕਮੇਟੀ, ਜੇ ਹਰ ਕੋਈ ਤਨਖਾਹ ਲਵਾ ਸਕਦਾ ਹੈ ਤਾਂ ਇਹ ਕੀ ਚੀਜ਼ ਹੈ? ਪਰ ਨਹੀਂ, ਸਵਾਲ ਹੈ, ਇਹ ਡਰਾਮਾ ਬੰਦ ਕੀਤਾ ਜਾਣਾ ਚਾਹੀਦਾ ਹੈ। ਅਕਾਲ ਤਖਤ ਸਾਹਿਬ ਦੇ ਉੱਤੇ ਸਿਧਾਂਤਕ ਤੌਰ ਦੇ ਉੱਤੇ ਕੋਈ ਸਿੱਖ ਹੀ ਪੇਸ਼ ਹੋ ਸਕਦਾ ਹੈ, ਪਰ ਜਿਸ ਨੇ ਆਪਣੇ ਆਪ ਨੂੰ ਡਿਕਲੇਅਰ ਗੁਰੂ ਕਰ ਦਿੱਤਾ, ਜਿਸ ਨੇ ਆਪਣੇ ਆਪ ਨੂੰ ਰੱਬ ਡਿਕਲੇਅਰ ਕਰ ਦਿੱਤਾ, ਉਹ ਤਾਂ ਸਿੱਖ ਨਹੀਂ ਹੈ। ਇਸ ਐਸੇ ਸ਼ਖਸ ਨੂੰ ਕਿਸੇ ਵੀ ਕੀਮਤ ਦੇ ਉੱਤੇ, ਇਸ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਨਾ ਤਾਂ ਸੱਦਿਆ ਜਾ ਸਕਦਾ ਹੈ, ਨਾ ਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ, ਨਾ ਇਹ ਉੱਥੇ ਪੇਸ਼ ਹੀ ਹੋ ਸਕਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਹੁਕਮਨਾਮੇ ਸਾਡੇ ਕੋਲ ਮੌਜੂਦ ਹਨ, ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਦੁਕਾਨ ਨੂੰ ਬੰਦ ਕਰਾਇਆ ਜਾਏ, ਇਸ ਨੂੰ ਇਸ ਦੀਆਂ ਸਾਰੀਆਂ ਹਰਕਤਾਂ ਦੇ ਉੱਤੇ ਰੁਕਾਵਟ ਲਗਾਈ ਜਾਏ। ਸੋ ਇਹ ਜਿਹੜਾ ਬਾਰ ਬਾਰ ਇਹ ਗੱਲ ਕੀਤੀ ਜਾ ਰਹੀ ਹੈ ਮਾਫ਼ੀ ਮੰਗ ਲਈ ਜਾਏ, ਦਰਅਸਲ ਮਾਫ਼ੀ ਉਹ ਨਹੀਂ ਮੰਗ ਰਿਹਾ, ਸਾਡੀ ਲੀਡਰਸ਼ਿਪ ਸ਼ਾਇਦ ਕਹਿ ਰਹੀ ਹੈ ਬਾਬਾ ਸਾਨੂੰ ਮਾਫ਼ ਕਰ ਦੇ। ਸਵਾਲ ਹੈ ਕਿ ਚੰਦੂ ਨੇ ਮਾਫ਼ੀ ਨਹੀਂ ਮੰਗੀ ਹੋਏਗੀ? ਕੀ ਜਦੋਂ ਗੁਰੂ ਅਮਰਦਾਸ ਜੀ ਨੇ ਤਪੇ ਨੂੰ ਸਜ਼ਾ ਦਿੱਤੀ ਸੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਨਿਰਾਦਰੀ ਕਰਨ ਕਰਕੇ, ਕੀ ਉਸ ਤਪੇ ਨੇ ਮਾਫ਼ੀ ਨਹੀਂ ਮੰਗੀ ਹੋਏਗੀ? ਕੀ ਸਾਰੀ ਸਰਹੰਦ ਨੇ ਮਾਫ਼ੀ ਨਹੀਂ ਮੰਗੀ ਹੋਏਗੀ? ਜਦੋਂ ਬਾਬਾ ਬੰਦਾ ਬਹਾਦਰ ਉਹ ਆਦੇਸ਼ ਲੈ ਕੇ ਆਏ ਸਨ, ਦਿੱਲੀਓਂ ਲੱਗ ਕਰ ਦੰਗਾ ਮਚਾਵੋ, ਪੰਜਾਬ ਪਰਬਤ ਸਭ ਧੂੜ ਮਿਲਾਵੋ, ਕੀ ਉਹਨਾਂ ਨੇ ਮਾਫ਼ੀ ਨਹੀਂ ਮੰਗੀ ਹੋਏਗੀ? ਕੀ ਮਸੰਦਾਂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਸੀ, ਕੀ ਉਹਨਾਂ ਨੇ ਮਾਫ਼ੀ ਨਹੀਂ ਮੰਗੀ ਹੋਏਗੀ? ਸੋ ਇਹ ਨਿਰਾਦਰੀ ਦਾ ਡਰਾਮਾ ਬੰਦ ਹੋਣਾ ਚਾਹੀਦਾ ਹੈ। ਅਕਾਲ ਤਖਤ ਅਗਰ ਕਿਸੇ ਸਿੱਖ ਨੇ ਕੋਈ ਗਲਤੀ ਕੀਤੀ ਹੈ, ਉਹ ਸੰਗਤ ਦੇ ਸਾਹਮਣੇ ਪੇਸ਼ ਹੋ ਕੇ ਉਹ ਤਨਖਾਹ ਲਵਾ ਸਕਦਾ ਹੈ, ਦੰਡ ਲਵਾ ਸਕਦਾ ਹੈ, ਮਾਫ਼ੀ ਦਾ ਉਸ ਨੂੰ ਵੀ ਕੋਈ ਵਿਧਾਨ ਨਹੀਂ ਹੈ। ਪਰ ਜੇਕਰ ਕੋਈ ਸਿੱਖ ਨਹੀਂ ਹੈ ਤਾਂ ਉਸ ਨੂੰ ਤਾਂ ਇਹ ਮਾਫ਼ੀ ਦਾ ਵੀ ਕੋਈ ਮਤਲਬ ਨਹੀਂ ਹੈ। ਉਸਦੇ ਤਾਂ ਉਸਦੇ ਉੱਤੇ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ
ਕਿ ਇਸ ਨੂੰ ਕਾਨੂੰਨ ਦੇ ਮੁਤਾਬਕ ਇਸ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਹਾਂ, ਇਸ ਤੋਂ ਇਲਾਵਾ ਇੱਕ ਗੱਲ ਹੋਰ ਹੈ ਜਿਹੜੀ ਰਹਿਤ ਮਰਿਆਦਾ ਦੇ ਵਿੱਚ ਹੈ ਕਿ ਜਿਹੜੇ ਧੀਰ ਮੱਲੀਏ, ਰਾਮ ਰਾਈਏ, ਮੀਣੇ, ਮਸੰਦੀਏ ਜਿਹੜੇ ਇਹਨਾਂ ਵਿੱਚ ਇਹਨਾਂ ਦੇ ਨਾਲ ਹਨ, ਅਗਰ ਉਹਨਾਂ ਦੇ ਨਾਲ ਵਰਤਣ ਵਾਲਾ ਉਹ ਵੀ ਤਨਖਾਹੀਆ ਹੈ। ਇਹੀ ਆਦੇਸ਼ ਇਸ ਦੇ ਬਾਰੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੈ। ਇੱਕ ਚੀਜ਼ ਜ਼ਰੂਰ ਹੈ, ਇਹਨਾਂ ਦੇ ਵਿੱਚੋਂ ਜੇਕਰ ਕੋਈ ਮੁੜ ਪੰਥ ਵਿੱਚ ਸ਼ਾਮਿਲ ਹੋਣਾ ਚਾਹੇ ਤਾਂ ਸਿੱਖ ਰਹਿਤ ਮਰਿਆਦਾ ਬਹੁਤ ਸਪਸ਼ਟ ਆਦੇਸ਼ ਦੇ ਰਹੀ ਹੈ ਕਿ ਐਸਾ ਕੋਈ ਵੀ ਵਿਅਕਤੀ ਜਿਹੜਾ ਐਸੇ ਕਿਸੇ ਪਖੰਡ ਦੇ ਗੁਰੂ ਡੰਬ ਵਿੱਚ ਫਸ ਚੁੱਕਾ ਹੈ ਤਾਂ ਉਹ ਮੁੜ ਅੰਮ੍ਰਿਤ ਛੱਕ ਕੇ ਪੰਥ ਵਿੱਚ ਸ਼ਾਮਿਲ ਹੋ ਸਕਦਾ ਹੈ। ਇਸ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੈ, ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੈ। ਜੇ ਕੋਈ ਗੱਲ ਹੋਏਗੀ ਤਾਂ ਉਹ ਫਿਰ ਪੰਥ ਨੂੰ ਜ਼ਲੀਲ ਕਰਨ ਵਾਲੀ ਗੱਲ ਹੋਏਗੀ, ਇਸ ਤੋਂ ਇਲਾਵਾ ਕੁਛ ਨਹੀਂ ਹੋ ਸਕਦਾ। ਇਹ ਜਿਹੜੀ ਅਗਲੀ ਤਸਵੀਰ ਹੈ, ਅਸੀਂ ਬਹੁਤ ਤੇਜ਼ੀ ਦੇ ਨਾਲ ਕੁਛ ਤਸਵੀਰਾਂ ਵੇਖ ਕੇ ਉਹਦੇ ਬਾਅਦ ਅਸੀਂ ਆਪ ਦੀਆਂ ਕਾਲਸ ਲਵਾਂਗੇ, ਕਿਉਂਕਿ ਇਹ ਅਹਿਮ ਵਿਸ਼ਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਡੇਰਾ ਸਾਹਿਬ ਹੈ। ਡੇਰਾ, ਇਹ ਆਪਣੇ ਆਪ ਨੂੰ ਡੇਰਾ ਕਹਿ ਰਿਹਾ ਹੈ, ਇਹ ਡੇਰਾ ਹੈ ਜਿਹੜਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਡੇਰਾ ਸਾਹਿਬ ਹੈ। ਗੁਰੂ ਅਰਜਨ ਦੇਵ ਜੀ ਨੇ 33 ਤਵੀ ਦੇ ਉੱਤੇ ਬੈਠ ਕੇ ਤਾਂ ਉਹਨਾਂ ਦਾ ਇਹ ਡੇਰਾ ਸਾਹਿਬ ਬਣਿਆ। ਪ੍ਰਗਟ ਭਈ ਸਗਲੇ ਜੁਗੰਤਰ ਗੁਰੂ ਨਾਨਕ ਕੀ ਵਡਿਆਈ। ਐਸਾ ਕੋਈ ਸ਼ਖਸ ਥੱਲੇ ਮੋਮਬੱਤੀ ਨਹੀਂ ਰੱਖ ਸਕਦਾ, ਹੋਰ ਤਾਂ ਇਹ 33 ਤਵੀ ਦੀ ਤਾਂ ਕਿਹੜੀ ਗੱਲ ਹੈ। ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ, ਇਹ ਡੇਰਾ ਬਾਬਾ ਨਾਨਕ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿੱਥੇ ਜੋਤੀ ਜੋਤ ਸਮਾਏ ਹਨ, ਇਹ ਉਹ ਸਥਾਨ ਹੈ। ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ, ਇਹ ਸਾਹਿਬਜ਼ਾਦਿਆਂ ਦੀ ਹੈ ਜਿਨ੍ਹਾਂ ਨੇ ਜ਼ਿੰਦਾ ਦੀਵਾਰ ਵਿੱਚ ਚਿਣਵਾ ਕੇ ਉਹ ਮੁਕਾਮ ਹਾਸਲ ਕੀਤਾ, ਅੱਜ ਇਹ ਉਹਨਾਂ ਦੀ ਵੀ ਨਕਲ ਲਗਾ ਰਿਹਾ ਹੈ। ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ, ਇਹ ਸ਼ਹੀਦ ਭਗਤ ਸਿੰਘ ਦੀ ਉਹ ਇਤਿਹਾਸਕ ਤਸਵੀਰ ਹੈ ਜਦੋਂ ਸ਼ਹੀਦ ਭਗਤ ਸਿੰਘ ਨੇ ਏਕਤਾ ਕਾਇਮ ਕਰਨ ਲਈ ਉਸਨੇ ਆਪਣਾ ਨਾਮ ਰੱਖਿਆ ਸੀ ਰਾਮ ਮੁਹੰਮਦ ਸਿੰਘ, ਤਾਂ ਇਹ ਪਖੰਡੀ ਸਾਧ ਅੱਜ ਉਹਨਾਂ ਦੇ ਵੀ ਨਕਲ ਲਗਾਉਂਦਿਆਂ ਹੋਇਆਂ ਇਹ ਆਪਣੇ ਆਪ ਨੂੰ ਰਾਮ ਰਹੀਮ ਕਹਿ ਰਿਹਾ ਹੈ। ਇਹ ਉਹਨਾਂ ਸ਼ਹੀਦਾਂ ਦੀ, ਉਹਨਾਂ ਦੇਸ਼ ਦੇ ਪਰਵਾਨਿਆਂ ਦੀ ਵੀ ਬਰਾਦਰੀ ਹੈ। ਇਸ ਤੋਂ ਬਾਅਦ ਜਿਹੜੇ ਆਪ ਵੇਖ ਰਹੇ ਹੋ ਅਗਲੀ ਤਸਵੀਰ, ਇਹ ਇਸ ਵਿੱਚ ਕਹਿ ਰਿਹਾ ਹੈ ਕਿ ਸ਼ਾਹੀ ਪਰਿਵਾਰ ਔਰ ਇਸ ਦੀ ਸ਼ੁਭ ਘੜੀ ਦੇ ਪ੍ਰਤੱਖ ਗਵਾਹ, ਇਸ ਨੂੰ ਕਿਹਾ ਗਿਆ ਕਿ ਤੁਸੀਂ ਇਹ ਜਿਹੜੀ ਕਲਗੀ ਲਗਾਈ ਹੈ, ਇਹ ਸ਼ਾਹੀ ਲਿਬਾਸ ਲਗਾਇਆ ਹੈ, ਹੁਣ ਤੁਸੀਂ ਘੋੜੇ 'ਤੇ ਵੀ ਦਰਸ਼ਨ ਦਿਓ। ਸਤਿਗੁਰੂ ਜੀ ਨੇ ਕਿਹਾ ਕਿ ਮੈਂ ਹਮੇਸ਼ਾ ਲਈ ਮੈਂ ਇਹ ਬਾਣਾ ਪਾਈ ਰੱਖਾਂਗਾ। ਇਸ ਤੋਂ ਅਗਲੀ ਤਸਵੀਰ ਜਿਹੜੀਆਂ ਆਪ ਵੇਖ ਰਹੇ ਹੋ, ਇਹ ਸਾਰੇ ਉਹ ਤਸਵੀਰ ਹਨ ਜਿਸ ਵਿੱਚ ਇਹ ਆਪਣੇ ਆਪ ਨੂੰ ਜਾਮੇ ਇਨਸਾਂ ਗੁਰੂ ਕਾ ਕਹਿ ਰਿਹਾ ਹੈ। ਇਸ ਤੋਂ ਅਗਲੀ ਤਸਵੀਰ ਵਿੱਚ ਆਪ ਵੇਖ ਰਹੇ ਹੋ ਕਿ ਇਹ ਉਸ ਜਿਹੜਾ ਵਿਸਾਖੀ ਦਾ ਜਿਹੜਾ ਇਸਨੇ ਉਹ ਡਰਾਮਾ ਕੀਤਾ ਹੈ। ਅਤੇ ਇਸ ਤੋਂ ਅਗਲੀ ਤਸਵੀਰ ਆਪ ਦੇਖੋਗੇ, ਇਹ ਉਸਦਾ ਪ੍ਰੈਸ ਨੋਟ ਹੈ ਜਿਹੜਾ ਕਿ ਉਸਨੇ ਡਰਾਮਾ ਕੀਤਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਮਾਫੀ ਮੰਗਦਾ ਹਾਂ। ਇਸ ਤੋਂ ਅਗਲੀ ਤਸਵੀਰ, ਇਹ ਸਾਡੇ ਲਈ ਰਹਿਨੁਮਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ, ਜਿਹੜੀ ਰਹਿਤ ਮਰਿਆਦਾ ਹੈ ਸਾਰਿਆਂ 'ਤੇ ਲਾਗੂ ਹੈ, ਬਲਕਿ ਉਹਨਾਂ 'ਤੇ ਵੀ ਲਾਗੂ ਹੈ ਜਿਨ੍ਹਾਂ ਨੇ ਉਹ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਅੱਗੇ ਅਸੀਂ ਆਪ ਨੂੰ ਅਗਲੀ ਤਸਵੀਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ, ਇਹ ਬਹੁਤ ਅਹਿਮ ਹੈ, ਅੱਜ ਦੀ ਨਹੀਂ ਹੈ, ਇਹ ਮੈਂ ਪੜ੍ਹ ਕੇ ਦੱਸਣਾ ਚਾਹਾਂਗਾ। 2001 12 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਆਦੇਸ਼ ਜਾਰੀ ਕੀਤਾ ਸੀ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕਿਸੇ ਵੀ ਪਾਰਟੀ ਜਾਂ ਜਥੇਬੰਦੀ ਦਾ
ਕੋਈ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਸਿੱਖ ਕਿਸੇ ਵੀ ਐਸੇ ਵਿਅਕਤੀ ਡੇਰੇ ਜਾਂ ਸਥਾਨ ਤੇ ਜਾ ਕੇ ਉਸ ਨੂੰ ਮਾਨਤਾ ਨਾ ਦੇਵੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਰੂਪ ਵਿੱਚ ਸਨਮਾਨ ਨਾ ਕੀਤਾ ਜਾਂਦਾ ਹੋਵੇ ਤੇ ਆਪਣੀ ਪੂਜਾ ਮਾਨਤਾ ਕਰਵਾਈ ਜਾਂਦੀ ਹੋਵੇ। ਇਸ ਦੇ ਬਾਅਦ ਕੋਈ ਸ਼ੱਕ ਨਹੀਂ ਰਹਿ ਜਾਂਦਾ। ਇਸ ਤੋਂ ਬਾਅਦ ਉਹ ਆਦੇਸ਼ ਹਨ ਅਗਲੀ ਤਸਵੀਰ ਵਿੱਚ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ 17/5/2007 ਨੂੰ ਜਾਰੀ ਹੋਏ ਕਿ ਇਸ ਦੇ ਉੱਤੇ ਸਰਕਾਰ ਕਾਰਵਾਈ ਕਰੇ। ਅਗਲੀ ਤਸਵੀਰ ਆਪ ਦੇਖੋਗੇ, ਇਹ ਵੀ ਉਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਹੈ ਆਦੇਸ਼, ਜਿਹੜੀ ਕਿ ਇਸ ਵੇਲੇ ਪੰਥਕ ਸਰਕਾਰ ਹੈ, ਕਿ ਇਸ ਦੇ ਡੇਰੇ ਨੂੰ ਬੰਦ ਕਰੇ। ਇਸ ਦੇ ਨਾਲ ਹੀ ਅਗਲਾ ਜਿਹੜਾ ਹੁਕਮਨਾਮਾ ਹੈ ਉਸ ਦੀ ਅਗਲੀ ਤਸਵੀਰ ਵਿੱਚ ਕਿ ਸੰਗਤਾਂ ਨੂੰ ਇਹ ਆਦੇਸ਼ ਹੈ ਕਿ ਜਿਹੜੇ ਪਹਿਲੇ ਹੁਕਮਨਾਮੇ ਹਨ ਤੁਸੀਂ ਉਹਨਾਂ ਦੇ ਉੱਤੇ ਅਮਲ ਕਰਨਾ ਹੈ। ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖੋਗੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਉਹਨਾਂ ਨੇ ਕੌਤਕ ਕੀਤਾ ਸੀ। ਇਸ ਤੋਂ ਅਗਲੀ ਤਸਵੀਰਾਂ ਦੇ ਵਿੱਚ ਉਹ ਪੰਥ ਦੀ ਮਰਿਆਦਾ ਕਿ ਜਿਹੜੀ ਮਾਫੀ ਨਹੀਂ ਬਲਕਿ ਤਨਖਾਹ ਹੈ, ਉਹ ਅਗਲੀ ਤਸਵੀਰ ਵਿੱਚ ਵੀ ਵੱਖ ਵੱਖ ਪੰਥਕ ਹਸਤੀਆਂ ਅਗਲੀ ਤਸਵੀਰ ਵਿੱਚ ਆਪ ਵੇਖੋਗੇ, ਜਿਨ੍ਹਾਂ ਨੂੰ ਡੰਡ ਲੱਗਾ, ਜਿਨ੍ਹਾਂ ਨੂੰ ਗਲੇ 'ਚ ਤਖਤੀ ਪਾ ਕੇ ਜੋੜੇ ਸਾਫ਼ ਕਰਨ ਦੀ ਸਜ਼ਾ ਦਿੱਤੀ ਗਈ। ਪਰ ਇਹ ਕਿਸੇ ਸਿੱਖ ਨੂੰ ਹੋ ਸਕਦੀ ਹੈ, ਨਾ ਕਿ ਉਸ ਵਿਅਕਤੀ ਨੂੰ ਜਿਹੜਾ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਜਾਂ ਡੱਬੀ ਜਾਂ ਸਤਿਗੁਰੂ ਜਾਂ ਹੋਰ ਕੁਛ ਅਖਵਾਉਂਦਾ ਹੈ ਜਾਂ ਜਿਹੜਾ ਆਪਣੇ ਆਪ ਨੂੰ ਰੱਬ ਡਿਕਲੇਅਰ ਕਰ ਰਿਹਾ ਹੈ। ਇਸ ਤੋਂ ਅਗਲੀ ਤਸਵੀਰ ਆਪ ਵੇਖੋਗੇ, ਇਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਹੈ। ਇਸ ਬਾਰੇ ਇਤਨਾ ਕਹਿਣੇ ਚਾਹਾਂਗੇ ਕਿ ਇਹ ਉਹ ਇੱਕ ਸੂਰਜ ਪ੍ਰਕਾਸ਼ ਇੱਕ ਗਾਥਾ ਅੰਕਿਤ ਹੈ ਕਿ ਕਾਟਤ ਕੀਤੀ ਉਲਟ ਪੁਲਟ ਹਵੇ, ਭਏ ਦੇ ਮੈਂ ਛਿਦਰ ਕਰਾਲ, ਕੱਛ ਨਾ ਉਪਾਉ ਬਚਾਓ ਹੋਣ ਕੋ, ਲੱਖੋਂ ਖਾਏ ਮਹਾਂ ਬਿਕਰਾਲ, ਸ੍ਰੀ ਹਰਿ ਰਾਏ ਬਿਲੋਕਨ ਕੀਨਸ, ਕਿਰਪਾ ਧਾਰ ਕਰ ਧਨੁਕ ਸੰਭਾਲ। ਇਹ ਜੋ ਮਹਾਨ ਕੌਤਕ ਦੱਸਿਆ ਗਿਆ ਹੈ ਕਿ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ, ਇਹ ਸਾਡੇ ਸਾਰਿਆਂ ਲਈ ਚੇਤਾਵਨੀ ਹੈ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇੱਕ ਵਾਰ ਦਰਬਾਰ ਵਿੱਚ ਸਨ। ਇੱਕ ਬੜਾ ਭਿਅੰਕਰ ਅਜਗਰ ਕਰਾਂਦਾ ਹੋਇਆ, ਕੁਰਲਾਂਦਾ ਹੋਇਆ ਹੌਲੇ ਹੌਲੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲ ਵਧਿਆ। ਹਜ਼ੂਰ ਨੇ ਇਸ਼ਾਰਾ ਕੀਤਾ ਇਸ ਨੂੰ ਆਣ ਦਿੱਤਾ ਜਾਏ। ਉਹ ਅਜਗਰ ਜਦੋਂ ਨੇੜੇ ਆਇਆ ਤਾਂ ਹਜ਼ੂਰ ਨੇ ਤੀਰ ਕਮਾਨ ਚੁੱਕ ਕੇ ਉਸ ਅਜਗਰ ਨੂੰ ਮਾਰ ਦਿੱਤਾ। ਸੰਗਤ ਪੁੱਛਣ ਲੱਗੀ, ਆਪ ਸ਼ੇਰ ਦਾ ਸ਼ਿਕਾਰ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਇਹ ਕੀ ਕੌਤਕ ਹੈ? ਸਤਿਗੁਰੂ ਨੇ ਕਿਹਾ, ਜਿਹੜੇ ਹੁਣੇ ਆਪ ਨੇ ਬਚਨ ਸੁਣੇ ਹਨ ਸੂਰਜ ਪ੍ਰਕਾਸ਼ ਦੀ ਕਥਾ ਦੇ, ਉਹ ਕਹਿਣ ਲੱਗੇ ਕਿ ਇਹ ਪੁਰਾਣੇ ਜਨਮ ਵਿੱਚ ਇੱਕ ਮਹੰਤ ਸੀ, ਇੱਕ ਪਖੰਡੀ ਗੁਰੂ ਸੀ, ਇੱਕ ਪਖੰਡੀ ਸਾਧ ਸੀ, ਅਤੇ ਇਸਨੇ ਇਹ ਜਿਹੜੇ ਨਾਲ ਇਸ ਨੂੰ ਹਜ਼ਾਰਾਂ ਕਿਰਮ ਚਿੰਬੜੇ ਹੋਏ ਸਨ, ਜਿਹੜੇ ਇਸ ਨੂੰ ਲੂਹ ਲੂਹ ਕੇ ਖਾ ਰਹੇ ਸਨ, ਇਸ ਨੂੰ ਜ਼ਖਮੀ ਕਰ ਰਹੇ ਸਨ, ਇਹ ਸਾਰੇ ਇਹਦੇ ਚੇਲੇ ਸਨ। ਤਾਂ ਇਹ ਹਾਲਤ ਹੋਏਗੀ ਜਿਹੜੇ ਐਸੇ ਪਖੰਡੀਆਂ ਦੇ ਨਾਲ, ਰਸਤਾ ਬਹੁਤ ਸਾਦਾ ਹੈ, ਬਹੁਤ ਸਿੱਧਾ ਹੈ, ਬਹੁਤ ਗੁਰਮੁਖ ਗਾਢੀ ਰਾਹ ਹੈ, ਇਹ ਰੇਲ ਦੀ ਗੱਡੀ ਦਾ ਰਸਤਾ ਹੈ, ਜੇ ਤਾਂ ਇਸ ਰੇਲ ਲਾਈਨ ਦੇ ਉੱਤੇ ਤੁਰਦੇ ਜਾਵਾਂਗੇ, ਨਹੀਂ ਤਾਂ ਫਿਰ ਖੁੱਡੇ ਲਾਈਨ ਹੈ। ਸੋ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਅਖੀਰਲੇ ਆਦੇਸ਼ ਦੇ ਮੁਤਾਬਕ, ਜਿਸ ਦਰ ਪੇ ਝੁਕੇ ਸਰ ਨਾ ਉਸੇ ਸਰ ਨਹੀਂ ਕਹਤੇ, ਜੋ ਹਰ ਜਾਂ ਪੇ ਝੁਕ ਜਾਏ ਉਸੇ ਸਰ ਨਹੀਂ ਕਹਤੇ, ਜਿਹੜਾ ਹਜ਼ੂਰ ਦਾ ਆਦੇਸ਼ ਹੈ, ਸਿੱਖ ਦਾ ਸਿਰ ਕੇਵਲ ਔਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁੱਕੇ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਇਲਾਵਾ ਕਿਸੇ ਹੋਰ ਜਗ੍ਹਾ 'ਤੇ ਝੁਕਦਾ ਹੈ, ਉਸ ਨੂੰ ਸਿਰ ਨਹੀਂ ਕਿਹਾ ਜਾ ਸਕਦਾ, ਉਹ ਗੁਰੂ ਦਾ ਦੇਣਦਾਰ ਹੈ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਤਨੇ ਗੰਭੀਰ ਵਿਸ਼ੇ ਨੂੰ, ਔਰ ਜਸ ਪੰਜਾਬੀ ਨੇ ਵੀ ਇਸ ਮੁੱਦੇ ਨੂੰ ਆਪ ਤੱਕ ਪਹੁੰਚਾਇਆ ਹੈ। ਇਹ ਸਾਡਾ ਨਹੀਂ, ਆਪ ਦਾ ਹੈ, ਅੱਜ ਦਾ ਨਹੀਂ, ਆਉਣ ਵਾਲੇ ਸਮੇਂ ਦਾ। ਇਹ ਇੱਕ ਇਤਿਹਾਸਕ ਪ੍ਰੋਗਰਾਮ ਕਿਹਾ ਜਾ ਸਕਦਾ ਹੈ। ਆਪ ਹੁਣ ਵੀ ਆਪ ਕਾਲ ਸਾਨੂੰ ਕਰੋ, ਨਾ ਕੇਵਲ ਕਾਲਸ ਬਲਕਿ ਆਪ ਖਤਾਂ ਰਾਹੀਂ, ਈਮੇਲ ਰਾਹੀਂ ਆਪ ਸਾਨੂੰ ਇਹ ਸਾਰੇ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜੋ, ਔਰ
ਇਹ ਆਪ ਈਮੇਲ ਕਰ ਸਕਦੇ ਹੋ lamba@justpunjabi.com ਜਾਂ info@justpunjabi.com। ਸਾਨੂੰ ਹਰ ਤਰੀਕੇ ਦੇ ਨਾਲ ਆਪ 7187865221 ਦੇ ਉੱਤੇ ਕਾਲਸ ਕਰੋ, ਅਸੀਂ ਆਪਦੇ ਫੋਨ ਦਾ ਇੰਤਜ਼ਾਰ ਕਰਾਂਗੇ। ਬਹੁਤ ਬਹੁਤ ਧੰਨਵਾਦ, ਅਸੀਂ ਹੁਣ ਕੁਛ ਕਾਲ ਲੈਂਦੇ ਹਾਂ। ਹਾਂਜੀ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਜੀ ਮੈਂ ਪਰਮਜੀਤ ਸਿੰਘ ਬੋਲ ਰਿਹਾ ਜੀ। ਜੀ ਪਰਮਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ ਆਪ ਇਸ ਬਾਰੇ ਦੱਸੋ। ਹਾਂਜੀ ਮੈਂ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਹਿਲਾਂ ਤੁਹਾਨੂੰ ਕੋਟ ਕੋਟ ਤੁਹਾਡਾ ਨਮਸਕਾਰ ਜੀ। ਤੁਹਾਡੀ ਪੈਰੀ ਪੈਨੇ ਆ ਜੀ? ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਪੈਰੀ ਪਾਓ, ਫਿਰ ਉੱਥੇ ਹੀ ਆ ਗਏ ਆਪਾਂ ਮੁੜ ਕੇ। ਨਹੀਂ ਤੁਸੀਂ ਇੰਨੇ ਵਿਚਾਰ ਸੋਹਣੇ ਰੱਖਦੇ ਹੋ, ਤੁਹਾਡਾ ਕੰਮ ਆ ਜਗਾਉਣਾ ਸਾਨੂੰ ਜੀ, ਤੇ ਤੁਸੀਂ ਜਗਾ ਹੀ ਰਹੇ ਹੋ ਪਰ ਉਹਦਾ ਹੱਲ ਨਹੀਂ ਦੱਸ ਰਹੇ। ਹੱਲ ਇਹੀ ਹੈ ਜੋ ਦੱਸਿਆ ਹੈਗਾ ਕਿ ਅਸੀਂ ਪੰਥ ਦੀ ਆਵਾਜ਼ ਜਿਹੜੀ ਹੈ ਸਾਡੇ ਆਗੂਆਂ ਤੱਕ ਪਹੁੰਚੇ ਕਿ ਜਿਹੜੇ ਅਗਰ ਕੋਈ ਸਾਡਾ ਆਗੂ ਕਦੀ ਵੀ ਕਿਸੇ, ਕਿਉਂਕਿ ਅਕਾਲ ਤਖਤ ਸਾਹਿਬ ਦਾ 2001 ਦਾ ਆਦੇਸ਼ ਹੈ ਕਿ ਕੋਈ ਵੀ ਆਗੂ, ਕੋਈ ਵੀ ਮੈਂਬਰ, ਕੋਈ ਵੀ ਪਾਰਟੀ ਦਾ ਬੰਦਾ ਕਿਸੇ ਐਸੇ ਸਥਾਨ ਤੇ ਨਾ ਜਾਏ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਦੇ ਇਲਾਵਾ ਕਿਸੇ ਵਿਅਕਤੀ ਦੀ ਪੂਜਾ ਮਾਨਤਾ ਕਰਾਈ ਜਾਂਦੀ ਹੋਵੇ। ਤੇ ਜੇ ਕੋਈ ਜਾਂਦਾ ਹੈ, ਭਾਵੇਂ ਉਹ ਕਿਸੇ ਦੇ ਵੀ ਡੇਰੇ ਦੇ ਉੱਤੇ ਜਾਂਦਾ ਹੈ, ਇਹ ਸਮਝ ਲੈਣੀ ਚਾਹੀਦੀ ਹੈ ਇਹ ਸਾਰੇ ਪਖੰਡੀ ਹਨ। ਔਰ ਮਗਰ ਇਹਨਾਂ ਦੇ ਪਖੰਡ ਨੂੰ ਪਾਣੀ ਜਿਹੜਾ ਹੈ ਉਹ ਸਾਡੇ ਪੰਥਕ ਆਗੂ, ਪੰਥਕ ਲੀਡਰ ਪਾਉਂਦੇ ਹਨ। ਸੋ ਜਦੋਂ ਵੀ ਤੁਹਾਨੂੰ ਮਿਲਦੇ ਹਨ, ਜਦੋਂ ਰੂਬਰੂ ਹੁੰਦੇ, ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ। ਮੈਂ ਤੁਹਾਨੂੰ ਹੱਲ ਮੈਂ ਦੱਸਦਾ, ਤੁਸੀਂ ਮਤਲਬ ਤੁਸੀਂ ਤਾਂ ਅਵੇਅਰ ਕਰਦੇ ਹੋ ਸਾਨੂੰ, ਆਪ ਤੁਸੀਂ ਦੱਸੋ, ਤੁਹਾਡੇ ਅਸੀਂ ਸ਼ੇਅਰ ਕਰ ਲਓ, ਤੁਸੀਂ ਸਾਂਝੀ ਕਰ ਲਓ ਤੁਹਾਡਾ ਜਿਹੜਾ ਹੱਲ ਹੈਗਾ ਉਹ। ਤਾਂ ਇਹ ਆ ਵੀ ਤੁਹਾਡਾ ਇਹੀ ਆ ਵੀ ਦੇਖੋ ਤੁਸੀਂ, ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਹਾਂ, ਪਹਿਲੀ ਨੰਬਰ 1 ਹਾਂਜੀ ਤੁਸੀਂ ਸ਼ੇਅਰ ਇਹ ਉਠਾਇਆ ਵੀ ਜਿਹੜੇ ਆਪਣੇ ਉਹ ਉੱਠ ਰਹੇ ਨੇ ਜੀ, ਉਹਨਾਂ ਬਾਰੇ ਅਕਾਲੀ ਪਾਰਟੀ ਜੋ ਕਰ ਰਹੀ ਹੈ ਆਪਣੀ ਬਾਦਲ ਸਾਹਿਬ ਜੀ, ਨੰਬਰ 1 ਤੇ ਜਿਹੜੀ ਆਪਣੀ ਬਾਦਲ ਸਾਹਿਬ ਆ ਉਹਨੂੰ ਇਗਨੋਰ ਕਰੋ ਥੋੜੀ ਜੀ, ਆਪਣੇ ਟੀਵੀ ਦੀ ਆਵਾਜ਼ ਘੱਟ ਕਰ ਲਓ। ਹਾਂਜੀ ਮੈਂ ਮੇਰੇ ਖਿਆਲ ਜੀ ਜੀ, ਹਾਂਜੀ ਨੰਬਰ 2 ਤੇ ਆਪਾਂ ਇੱਥੇ ਸੈਟਅਪ ਕਰੋ ਜਿਹੜੀ ਕਮੇਟੀ ਜਿਹੜੀ ਅਕਾਲ ਤਖਤ ਸਾਹਿਬ ਨੇ ਉੱਥੇ ਬਣਾਈ ਆ ਜੀ, ਉਹ ਆਪਾਂ ਇੱਥੇ ਸੈਟਅਪ ਕਰੋ, ਅਮਰੀਕਾ ਦੀ ਕਰ ਲਓ ਜਾਂ ਆਪਾਂ ਸਾਰੇ ਯੂਰਪ ਦੀ ਕਰ ਲਓ, ਤਾਂ ਕਿ ਆਪਾਂ ਆਪਣੇ ਹੱਲ ਇੱਥੇ ਕਰੀਏ, ਕਿਉਂਕਿ ਗੁਰਦੁਆਰੇ ਦੇ ਝਗੜੇ ਪਹਿਲਾਂ ਆਪਾਂ ਹੱਲ ਕਰੀਏ, ਕਿਉਂਕਿ ਆਪਾਂ ਬੇਨਤੀ ਹੈ ਵੀਰ ਜੀ, ਅਸੀਂ ਲਾਂਭੇ ਨਾ ਹੋ ਜਾਈਏ, ਸਮਾਂ ਬਹੁਤ ਥੋੜ੍ਹਾ ਹੈ। ਆਪ ਆਪਣੇ ਵਿਚਾਰ ਲੱਗਦਾ ਹੈ ਤੁਹਾਡੇ ਕਾਫੀ ਹੈਗੇ ਹੈ, ਬਾਕੀ ਕਿਸੇ ਪਾਰਟੀ ਜਾਂ ਕਿਸੇ ਵਿਅਕਤੀ ਦੀ ਗੱਲ ਨਹੀਂ, ਇਹ ਸਮੁੱਚੇ ਪੰਥ ਦੀ ਗੱਲ ਹੈ। ਔਰ ਇਹ ਪਾਰਟੀਆਂ ਔਰ ਵਿਅਕਤੀ ਆਉਂਦੇ ਜਾਂਦੇ ਰਹਿਣਗੇ, ਪਰ ਮਸਲਾ ਅੱਜ ਦਾ ਨਹੀਂ, ਇਹ ਚੱਲਦਾ ਆ ਰਿਹਾ। ਇਸ ਗੁਰੂ ਡੰਮ ਨੂੰ ਰੋਕਣ ਦੇ ਲਈ ਜਿਹੜੇ ਵੀ ਆਪ ਸੁਝਾਅ ਦਿਓਗੇ ਉਹ ਆਪ ਜ਼ਰੂਰ ਸ਼ੇਅਰ ਕਰੋ, ਆਪ ਲਿਖ ਕੇ ਅਗਰ ਭੇਜ ਦਿਓ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ, ਪਰ ਤੁਸੀਂ ਸਾਨੂੰ ਦੱਸ ਹੀ ਰਹੇ ਹੋ, ਉਹਦਾ ਕੋਈ ਹੱਲ ਨਹੀਂ ਦੱਸ ਰਹੇ ਸਰ। ਚਲੋ ਉਹ ਵੀ ਅਗਲੇ ਫਿਰ ਵਿਚਾਰ ਕਰਾਂਗੇ, ਉਸਦੇ ਆਪਦੇ ਸਾਰਿਆਂ ਦੇ ਸੁਝਾਅ ਆਣਗੇ, ਉਸਨੂੰ ਮਿਲਾ ਕੇ ਫਿਰ ਅਸੀਂ ਜਿੰਨੇ ਹੱਲ ਆਣਗੇ ਉਹਨਾਂ ਨੂੰ ਆਪ ਨਾਲ ਸਾਂਝੇ ਕਰਾਂਗੇ। ਠੀਕ ਹੈ ਜੀ, ਆਪ ਇਸਤੇ ਜਸ ਪੰਜਾਬੀ ਦੇ ਉੱਤੇ ਈਮੇਲ ਕਰ ਦਿਓ ਸਾਨੂੰ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ ਤੁਸੀਂ ਲਾਈਨ ਤੇ ਹੋ? ਹੈਲੋ, ਸ਼ਾਇਦ ਲਾਈਨ ਨਹੀਂ ਮਿਲ ਰਹੀ, ਅਸੀਂ ਦੂਸਰੀ ਕਾਲ ਲਾਏਗੇ। ਹੈਲੋ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਜੀ? ਕੌਣ ਸਾਹਿਬ ਬੋਲ ਰਹੇ ਜੀ? ਕੌਣ ਬੋਲ ਰਹੇ ਵੀਰ ਜੀ? ਤਰਲੋਚਨ ਸਿੰਘ ਬਾਲਟੀਮੋਰ ਤੋਂ ਬੋਲ ਰਹੇ ਹਾਂ ਜੀ।
ਹਾਂਜੀ ਤਲੋਚਨ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਵਿੱਚ ਆਉਣ ਦਾ। ਆਪ ਦੇ ਸੁਝਾਅ ਦੀ ਸਾਨੂੰ ਲੋੜ ਹੈ, ਉਡੀਕ ਹੈ। ਅਸੀਂ ਭਾਈ ਸਾਹਿਬ ਜੀ, ਤੁਸੀਂ ਬੜੀ ਕਿਰਪਾ ਕਰ ਰਹੇ ਹੋ ਸਾਡੇ ਤੇ, ਸਾਰਿਆਂ ਦੇ, ਸਾਰਿਆਂ ਨੂੰ ਜਿਹੜੀ ਇਹ ਨੌਲੇਜ ਦੱਸ ਰਹੇ ਹੋ। ਇਹ ਕੋਈ ਵੀ ਇੱਦਾਂ ਦਾ ਸਾਡੇ ਕੋਲ ਚੈਨਲ ਨਹੀਂ ਜਿਹੜਾ ਕਿ ਸਾਨੂੰ ਇੱਦਾਂ ਦੀ ਨੌਲੇਜ ਦਿੰਦਾ ਵਾ। ਮੈਂ ਕਹਿੰਦਾ ਇੱਦਾਂ ਦੇ ਵੱਧ ਤੋਂ ਵੱਧ ਪ੍ਰੋਗਰਾਮ ਤੁਹਾਨੂੰ ਦੇਣੇ ਚਾਹੀਦੇ ਆ, ਤਾਂ ਕਿ ਜਿਹੜੀ ਸੁੱਤੀ ਹੋਈ ਕੌਮ ਆ ਉਹ ਜਾਗ ਸਕੇ। ਇਹ ਸਾਡਾ ਦੁਖਾਂਤ ਹੈ ਜਿਹੜਾ ਕਿ ਅਸੀਂ ਆਪ ਨਾਲ ਸਾਂਝਾ ਕਰ ਰਹੇ ਹਾਂ। ਸ਼ਾਇਦ ਗੁਰੂ ਬਖਸ਼ਿਸ਼ ਕਰੇਗਾ, ਇਹਦੇ ਵਿੱਚੋਂ ਕੋਈ ਹੱਲ ਨਿਕਲੇਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਓਕੇ, ਥੈਂਕ ਯੂ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੌਣ ਬੋਲ ਰਹੇ ਜੀ? ਹੈਲੋ, ਤੁਸੀਂ ਲਾਈਨ ਤੇ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਫਤਿਹ। ਕੌਣ ਬੋਲ ਰਹੇ ਜੀ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਗੁਰਪ੍ਰੀਤ ਬੋਲ ਰਿਹਾ। ਹਾਂਜੀ, ਗੁਰਪ੍ਰੀਤ ਸਿੰਘ ਜੀ ਕਿੱਥੋਂ ਬੋਲ ਰਹੇ ਜੀ? ਕੈਲੀਫੋਰਨੀਆ ਤੋਂ ਜੀ। ਹਾਂਜੀ ਗੁਰਪ੍ਰੀਤ ਸਿੰਘ ਜੀ, ਦੱਸੋ। ਤੁਸੀਂ ਬਹੁਤ ਹੀ ਵਧੀਆ ਜੀ ਪ੍ਰੋਗਰਾਮ ਦਿਖਾ ਰਹੇ ਆ ਜੀ, ਪਖੰਡੀ ਸਾਹਿਬ ਬਾਰੇ ਜਿਹੜਾ ਦੱਸਣ ਡਿਆ ਤੁਸੀਂ ਜੀ। ਤੁਹਾਨੂੰ ਇਹ ਤਨਖਾਹ ਲੱਗਣੀ ਚਾਹੀਦੀ। ਹਾਂਜੀ, ਨਹੀਂ ਨਹੀਂ ਤਨਖਾਹ ਨਹੀਂ ਲੱਗਣੀ ਚਾਹੀਦੀ। ਤਨਖਾਹ ਲੱਗ ਕੇ ਤੇ ਫਿਰ ਉਹਨੇ ਮਾਫ ਤੇ ਖਤਮ ਹੋ ਗਿਆ ਨਾ। ਹਾਂ, ਇੱਕ ਗੱਲ ਹੈ ਕਿ ਉਹਦੇ ਬਾਅਦ ਉਹ ਸੱਚਾ ਸੌਦਾ ਕਹਿਣਾ ਬੰਦ ਕਰ ਦੇਗਾ? ਕੀ ਉਹ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਮੰਨੇਗਾ? ਕੀ ਉਹਨੇ ਆਪਣਾ ਵੱਖਰਾ ਜਿਹੜਾ ਪਖੰਡ ਹੈ, ਕੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਬੰਦ ਕਰ ਦੇਗਾ? ਜੇ ਅਗਰ ਨਹੀਂ ਕਰਦਾ ਤੇ ਕੀ ਉਹ ਸੱਚਾ ਸੌਦਾ ਲਫ਼ਜ਼ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਦੀ, ਜਿਹੜੀ ਹੋਰ ਸਾਰੇ ਪਖੰਡ ਹੈ, ਕੀ ਉਹ ਬੰਦ ਹੋ ਜਾਣਗੇ? ਗੱਲ ਤਾਂ ਹੈ ਕਿ ਉਹਨੂੰ ਤਨਖਾਹ ਦੀ ਲੋੜ ਨਹੀਂ। ਤਨਖਾਹ ਕੇਵਲ ਕਿਸੇ ਸਿੱਖ ਨੂੰ ਲੱਗ ਸਕਦੀ ਹੈ, ਗੈਰ ਸਿੱਖ ਨੂੰ ਜਾਂ ਐਂਟੀ ਸਿੱਖ ਨੂੰ ਨਹੀਂ ਲੱਗ ਸਕਦੀ। ਅੱਛਾ ਜੀ, ਬਹੁਤ ਬਹੁਤ ਧੰਨਵਾਦ। ਦੇਖਿਆ ਜਾਵੇ ਤੇ ਸਾਰਾ ਪੋਲੀਟੀਕਲ ਹੀ ਆ, ਮਤਲਬ ਆਪਣੇ ਉੱਥੇ ਚੱਲਦਾ। ਨਹੀਂ, ਪੋਲੀਟੀਕਲ ਨਹੀਂ ਹੈ, ਇਹ ਹੈ ਤਾਂ ਉਸਦੀ ਦੁਕਾਨਦਾਰੀ ਹੈ, ਪਰ ਪੋਲੀਟੀਸ਼ੀਅਨਸ ਦੀ ਮਦਦ ਦੇ ਨਾਲ ਇਹ ਦੁਕਾਨਦਾਰੀ ਚੱਲਦੀ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ, ਥੈਂਕ ਯੂ। ਹੈਲੋ, ਹਾਂਜੀ, ਹੈਲੋ ਹੈਲੋ, ਕੌਣ ਬੋਲ ਰਹੇ ਜੀ? ਮੈਂ ਅਮਰਵੀਰ ਬੋਲ ਰਿਹਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਜੀ, ਭਾਈ ਸਾਹਿਬ, ਪਹਿਲਾਂ ਤਾਂ ਤੁਹਾਡਾ ਪ੍ਰੋਗਰਾਮ ਬਹੁਤ ਹੀ ਚੰਗਾ, ਮੈਂ ਪਹਿਲੀ ਵਾਰੀ ਟੀਵੀ ਔਨ ਕੀਤਾ, ਤੁਹਾਨੂੰ ਪਹਿਲੀ ਵਾਰੀ ਸੁਣਿਆ ਜੀ। ਮੈਂ ਕੁਇਕ ਕਮੈਂਟ ਦੇਣਾ ਜੀ ਇੱਕ। ਜ਼ਰੂਰ ਜੀ। ਤਾਂ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ 2001 ਦੇ ਵਿੱਚ ਜੀ। ਕੋਈ ਵੀ ਸੱਜਣ ਯੂਟਿਊਬ ਤੇ ਜਾ ਸਕਦਾ, ਉਹਦੇ ਤੇ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਟਾਈਪ ਅਪ ਕਰੋ ਜੀ। ਉਸ ਬਾਅਦ ਚ ਵੀ ਉਹ ਫੋਟੋਆਂ ਦੇਖਦੀਆਂ ਕਿ ਉਹ ਬਾਦਲ ਸਾਹਿਬ ਨੇ ਖੁਦ ਜਾ ਕੇ ਜੀ ਸੱਚਾ ਸੌਦਾ ਤੇ ਵੋਟਾਂ ਮੰਗੀਆਂ। ਚਲੋ, ਖੈਰ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਜੀ ਜੀ। ਦੂਸਰਾ ਮੈਂ ਕਮੈਂਟ ਦੇਣਾ, ਇੱਕ ਸਿਆਣੇ ਕਹਿੰਦੇ ਹੁੰਦੇ ਕਿ ਜੇ ਕਿਸੇ ਨੂੰ ਮਿੱਠਾ ਕਾਣ ਤੋਂ ਹਟਾਉਣਾ, ਆਪ ਤੁਸੀਂ ਖਾ ਰਹੇ ਹੋ ਕਿਸੇ ਨੂੰ ਹਟਾ। ਹਾਂਜੀ ਹਾਂਜੀ। ਉਹ ਖੁਦ ਜਥੇਦਾਰ ਸਾਹਿਬ ਨੰਦਗੜ੍ਹ ਪਹਿਲਾਂ, ਅੱਜ ਤੋਂ 10 ਦਿਨ ਪਹਿਲਾਂ ਇੰਨੀ ਰੌਲੀ ਪਾਈ ਸੀ ਕਿ ਹੁਣ ਇਲੈਕਸ਼ਨਾਂ 'ਚ ਕੋਈ ਕੋਈ ਕਿਸੇ ਕਿਸਮ ਦੀ ਗੱਲ ਨਹੀਂ ਕਰ ਰਿਹਾ। ਹਾਂਜੀ, ਸਾਰੇ ਠੰਡੇ ਹੋ ਗਏ। ਹਾਂਜੀ, ਖੁਦ ਦਿੱਲੀ ਵਾਲੇ ਕਈ ਲੀਡਰ ਆ ਜਿਹੜੇ ਉਲਟੇ ਸੀਗੇ ਜੀ। ਹੁਣ ਉਹੀ ਅਮਰਿੰਦਰ ਸਿੰਘ ਚੈੱਕ ਕਹਿ ਰਿਹਾ ਕਿ ਮੈਂ ਉਹਦੀ ਬਾਬੇ ਦੀ ਮਦਦ ਲੈਣੀ ਆ। ਉਹ ਜਾ ਕੇ ਦਿੱਲੀ ਵਾਲੇ ਜਿੰਨੇ ਸਿੱਖ ਲੀਡਰ ਨੇ ਉਹਦੇ ਨਾਲ ਜਾ ਕੇ ਉਹਦੀ ਕਾਂਗਰਸ ਦੀ ਕੈਂਪੇਨ ਕਰਾ ਰਿਹਾ। ਹਾਂਜੀ, ਉਹਨਾਂ ਪਾਰਟੀਆਂ ਵਾਲੀ ਮੇਰੇ ਹਿਸਾਬ ਨਾਲ ਤਾਂ ਬੜੀ ਦਿਖਾਂਤ ਆ, ਸਿੱਖਿਜ਼ਮ ਦਾ ਬੜੀ ਹੀ ਮੇਰੇ, ਮੈਂ ਕਹਿੰਦਾ ਕਿ ਬੜੀ ਸਾਡੇ ਲਈ ਸ਼ਰਮਸਾਰ ਗੱਲ ਆ ਕਿ ਅਸੀਂ ਸਿਰਫ ਵੋਟਾਂ ਦੇ ਲਈ ਇੱਕ ਸਾਧ ਦਾ, ਇੱਕ ਪਖੰਡੀ ਸਾਧ ਦਾ ਜਾ ਕੇ ਉਹਨੂੰ ਉਹਦੇ ਅੱਗੇ ਜਾ ਕੇ ਆਪਣਾ ਇਹ ਸਿਰ ਰਗੜ ਰਹੇ ਜੀ। ਇੰਨੀ ਸ਼ਰਮ, ਇਸ ਤੋਂ ਵੱਡੀ ਸ਼ਰਮ ਦੀ ਨਹੀਂ। ਮੈਂ ਆਪ ਜੀ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਿਆਂ ਹੋਇਆਂ, ਕੇਵਲ ਸ਼ਰਮ ਦੀ ਗੱਲ ਨਹੀਂ, ਇਹ ਬਹੁਤ ਵੱਡੀ ਅਕਿਰਤਕਣਤਾ ਹੈ ਕਿ ਇਹ ਬਹੁਤ ਅਕਿਰਤਕਣਤਾ ਦੀ ਹੱਦ ਹੈ ਕਿ ਜਿਹੜੀ ਉਸਦੇ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਸੀ, ਉਹ ਸਾਡੇ ਪੰਥਕ ਆਗੂ ਹੀ ਉਹ ਚਿੱਠੀ ਲਿਖਵਾ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਲੈ ਕੇ ਗਏ ਸੀ। ਇਸ ਬਾਰੇ ਇੱਕੋ ਗੱਲ ਕਹੀ ਜਾ ਸਕਦੀ ਹੈ, ਨਰਕ ਘੋਰ ਬਹੁਤ ਦੁੱਖ ਕਣੇ ਅਕਿਰਤ ਕਣਾ ਕਾ ਥਾਨ, ਤਿੰਨ ਪ੍ਰਭ ਮਾਰੇ ਨਾਨਕਾ, ਖਪ ਖਪ ਮੂਹੇ ਹੈਰਾਨ ਹਰਾਮ। ਇਹ ਦੀਨ ਗਵਾਇਆ ਦੁਨੀ ਸੀ ਉਹ ਦੁਨੀ ਨਾ ਚਾਲੀ ਸਾਥ, ਇਹ ਚੰਦ ਦਿਨਾਂ ਦੇ ਲਈ, ਚੰਦ ਕੁਛ ਰਾਜਨੀਤਿਕ ਲਾਭ ਲਈ। ਇਹ ਤਾਂ ਉਸੇ ਤਰ੍ਹਾਂ ਦੀ ਗੱਲ ਹੈ ਜੇ ਕੋਈ
ਜਿਸ ਵੇਲੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਕੋਈ ਜਾ ਕੇ ਵਜ਼ੀਦੇ ਦੇ ਨਾਲ ਮਿਲ ਜਾਏ। ਉਸ ਦੀਵਾਨ ਸੁੱਚਾਨੰਦ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਇਹ ਉਸ ਤੋਂ ਵੀ ਘੱਟ ਨਹੀਂ ਹੈ, ਬਲਕਿ ਉਸ ਤੋਂ ਕਈ ਗੁਣਾ ਵੱਧ ਹੈ। ਪਰ ਜਿਸ ਨੂੰ ਕਿਸੇ ਨੇ ਸਹੀ ਕਿਹਾ ਸੀ, ਹੇ ਵਾਹਿਗੁਰੂ ਮੈਨੂੰ ਆਪਣਿਆਂ ਕੋਲੋਂ ਬਚਾ ਲਈ, ਦੁਸ਼ਮਣਾਂ ਕੋਲੋਂ ਬਚਣ ਦੀ ਤਾਕਤ ਮੇਰੇ ਵਿੱਚ ਹੈ। ਹਾਂਜੀ ਲਾਂਬਾ ਸਾਹਿਬ, ਇੱਕ ਮੈਂ ਲਾਸਟ ਕਮੈਂਟ ਦੇਣਾ, 4 ਸਾਲ ਉਹਨਾਂ ਲੋਕਾਂ ਨੂੰ ਛਿੱਤਰ ਮਾਰ ਕੇ ਅੱਜ ਵੋਟਾਂ ਲਈ ਉਹਨਾਂ ਦੇ ਨਾਲ ਫਿਰ ਹੋ ਗਏ ਨੇ ਜੀ। ਹਾਂਜੀ ਮੈਨੂੰ ਸ਼ਰਮ ਦੀ ਇਹ ਗੱਲ ਹੈ ਕਿ ਦੇਖੋ ਤੁਸੀਂ, ਮੈਂ ਪਹਿਲੀ ਵਾਰੀ ਤੁਹਾਡੇ ਇਹ ਮੇਰੇ ਆਪਣਾ ਨੌਲੇਜ ਬੜੀ ਵੱਡੀ ਨੌਲੇਜ ਸੀਗੀ ਕਿਵੇਂ ਕਿੰਨੇ ਕਿੰਨੇ ਹੁਕਮਨਾਮੇ ਕਦੋਂ ਕਦੋਂ ਹੋਏ, ਆਈ ਨੈਵਰ ਸੀਨ ਦੀਸ ਪੇਪਰਸ ਬਿਫੋਰ ਜੀ। ਐਂਡ ਆਈ ਥਿੰਕ ਉਹ ਦੇਖੋ ਉਹੀ ਜਥੇਦਾਰ ਆਪਣੇ ਉਹੀ ਲੀਡਰ, ਕਾਂਗਰਸ ਦੇ ਲਾ ਲਓ, ਅਕਾਲੀ ਦਲ ਦੇ ਲਾ ਲਓ, ਪਹਿਲਾਂ ਸਾਰੇ ਉਹੀ ਗਾਲਾਂ ਕੱਢਦੇ ਸੀ ਵੋਟਾਂ ਲਈ। ਹੁਣ ਚਲੋ ਖੈਰ, ਦੀਜ਼ ਆਰ ਮਾਈ ਕਮੈਂਟਸ ਐਂਡ ਐਂਡ ਆਈ ਥਿੰਕ ਐਂਡ ਦੇ ਵਿੱਚ ਤੁਸੀਂ ਜੋ ਵੀ ਕਰ ਰਹੇ ਹੋ ਲੋਕਾਂ ਨੂੰ ਸਾਰਿਆਂ ਦਾ ਜਿਹੜੀ ਕੀ ਕਹਿੰਦੇ ਨੌਲੇਜ ਗੇਨ ਸਾਰੇ ਕਰ ਰਹੇ, ਆਈ ਥਿੰਕ ਇਟਸ ਸੋ ਨਾਈਸ। ਆਈ ਥਿੰਕ ਮੇਰਾ ਐਂਡ ਮਾਈ ਲਾਸਟ ਵਰਡ ਇਜ਼ ਕਿ ਲੋਕਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉੱਥੇ ਮੈਸੇਜ ਪਹੁੰਚਾਉਣਾ ਚਾਹੀਦਾ, ਚਾਹੇ ਕਾਂਗਰਸੀ ਹੈ ਚਾਹੇ ਅਕਾਲੀ ਆ, ਹੈ ਤਾਂ ਅਸੀਂ ਸਿੱਖ ਹੈ ਨਾ ਜੀ। ਜੀ ਜੀ ਬਿਲਕੁਲ, ਕੋਈ ਵੀ ਇਹ, ਮੈਂ ਉਹੀ ਬੇਨਤੀ ਕਰ ਰਿਹਾ ਕਿ ਕਿਸੇ ਪਾਰਟੀ ਦਾ, ਕਿਸੇ ਧੜੇ ਦਾ, ਕਿਸੇ ਅਮੀਰ ਗਰੀਬ ਦਾ, ਕਿਸੇ ਕਾਸਟ ਦਾ, ਕਿਸੇ ਇਲਾਕੇ ਦਾ ਕੋਈ ਤਲਕ ਨਹੀਂ ਹੈ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿ ਰਿਹਾ, ਫਿਰ ਉਹਦੇ ਦੁਬਾਜਰੇ ਵਾਲੀ ਹਾਲਤ ਨਾ ਹੋਏ ਕਿ ਉਹ ਫਿਰ ਇੱਕ ਦਾ ਹੋਏ ਦੋ ਦਾ ਨਹੀਂ ਹੋ ਸਕਦਾ ਹੈਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਲੰਮਾ ਸਰ, ਥੈਂਕ ਯੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਵੀਰ ਜੀ? ਰੇਸ਼ਮ ਸਿੰਘ ਬੋਲ ਰਿਹਾ। ਰੇਸ਼ਮ ਸਿੰਘ ਜੀ, ਦੱਸੋ ਆਪ ਲਾਈਨ ਤੇ ਹੋ? ਹਾਂਜੀ ਵੀਰ ਜੀ, ਮੰਨ ਲਓ ਹੁੰਦਾ ਸਰ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰੇਸ਼ਮ ਸਿੰਘ ਜੀ। ਹਾਂਜੀ ਵੀਰ ਜੀ, ਤੁਸੀਂ ਆਖਿਆ ਸੀ ਕਿ ਮਤਲਬ ਸਿੱਖਾਂ ਦਾ ਪਹਿਲਾ। ਹਾਂਜੀ ਹੈਲੋ, ਹਾਂ ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ। ਆਪ ਦੀ ਆਵਾਜ਼ ਸਾਰਿਆਂ ਤੱਕ ਆ ਰਹੀ ਹੈ, ਮੇਰੇ ਤੱਕ ਨਹੀਂ, ਸਾਰੇ ਸੰਸਾਰ ਤੇ ਜਾ ਰਹੀ ਹੈ। ਹਾਂਜੀ, ਜਿਹੜੇ ਡੇਰਾਵਾਦ ਨੂੰ ਪੈਦਾ ਕਰਦੇ ਆ ਉਹ ਦੇਖੋ ਬਾਹਰ ਦੇ ਨਹੀਂ, ਸਾਡੇ ਘਰ ਦੇ ਆਪਣੇ ਬੰਦੇ ਆ। ਜੀ ਜੀ ਜੀ, ਤੁਸੀਂ ਅਵਤਾਰ ਸਿੰਘ ਮੱਕੜ ਜੀ ਇੱਕ ਬਿਆਨ ਸੁਣੋ। ਹਾਂਜੀ, ਉਹਨਾਂ ਨੂੰ ਸਵਾਲ ਕੀਤਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸੇ ਪੱਤਰਕਾਰ ਨੇ ਕਿ ਦੇਖੋ ਜਿਹੜਾ ਹੰਸ ਰਾਜ ਹੰਸ ਹਾਂਜੀ ਜਲੰਧਰ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ ਹੈ ਜੀ, ਉਹਦਾ ਨਕੋਦਰ ਦੇ ਲਾਗੇ ਡੇਰਾ, ਹਾਂਜੀ ਉਹ ਮੱਥਾ ਵੀ ਟਿਕਾਉਂਦਾ ਉੱਥੇ। ਹਾਂਜੀ, ਅਵਤਾਰ ਸਿੰਘ ਮੱਕੜ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਇਹਦਾ ਕੋਈ ਇਤਰਾਜ਼ ਨਹੀਂ। ਹਾਂਜੀ, ਇਸ ਤੋਂ ਬਿਨਾਂ ਜੋ ਸੁਖਬੀਰ ਸਿੰਘ ਬਾਦਲ ਹੈ ਜੀ, ਤੁਸੀਂ ਉਹਨਾਂ ਦੇ ਦੇਖੋ ਬਿਮਲਾ ਦੇਵੀ ਜੋ ਮੁਕਤਸਰ ਦੇ ਵਿੱਚ ਆ ਉਹਨੂੰ ਜਾ ਕੇ ਮੱਥਾ ਟੇਕਦਾ ਉਹ ਜੀ ਜੀ ਜੀ, ਤੇ ਉਹਦੇ ਮੱਥੇ ਦੇ ਉੱਤੇ ਦੇਖੋ ਏਡਾ ਕੁ ਵੱਡਾ ਤਿਲਕ ਲੱਗਾ ਆ ਜੀ, ਇੰਨਾ ਗੱਲ ਕਿਸੇ ਹਿੰਦੂ ਦੇ ਨਹੀਂ ਲੱਗਾ ਹੋਣਾ ਜਿੰਨਾ ਸੁਖਬੀਰ ਸਿੰਘ ਬਾਦਲ ਦੇ ਲੱਗਾ ਆ। ਵੀਰ ਜੀ, ਗੱਲ ਇਹ ਹੈ ਕਿ ਅਸੀਂ ਕਿਸੇ ਇੱਕ, ਮੈਂ ਬੇਨਤੀ ਬਾਰ ਬਾਰ ਫਿਰ ਉੱਥੇ ਹੀ ਮੁੜ ਕੇ ਆ ਰਹੇ ਹਾਂ ਕਿ ਗੱਲ ਇਸ ਵੇਲੇ ਸਿਧਾਂਤ ਦੀ ਹੈ ਕਿ ਅਕਾਲੀ, ਕਾਂਗਰਸੀ ਜਾਂ ਕਿਸੇ ਹੋਰ ਵਿਅਕਤੀ ਦੀ ਗੱਲ ਨਹੀਂ ਹੈ। ਇਹ ਜਿਹੜਾ ਵੋਟਾਂ ਦੀ ਰਾਜਨੀਤੀ ਨੇ ਹਰ ਬੰਦੇ ਨੂੰ ਇਹ ਹਾਲਤ ਕਰ ਦਿੱਤੀ ਹੈ ਕਿ ਕੋਈ ਸਮਾਂ ਸੀ ਜਿਸ ਵੇਲੇ ਪੰਥ ਔਰ ਪੰਥਕ ਸੋਚ ਹੁੰਦੀ ਸੀ, ਔਰ ਉਸ ਦਾ ਹੱਲ, ਉਸ ਦੇ ਬਾਰੇ ਵੀ ਕਦੀ ਅਸੀਂ ਵਿਚਾਰ ਕਰਾਂਗੇ। ਦਰਅਸਲ ਤੁਹਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਕਾਨੂੰਨੀ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕਿਸੇ ਵੇਲੇ ਪੰਥ ਦੀ ਪੰਥਕ ਜਮਾਤ ਹੁੰਦੀ ਸੀ, ਪਰ ਹਿੰਦੁਸਤਾਨ ਦੇ ਸੰਵਿਧਾਨ ਮੁਤਾਬਕ, ਹਿੰਦੁਸਤਾਨ ਦੇ ਆਇਨ ਔਰ ਕਾਨੂੰਨ ਮੁਤਾਬਕ ਅੱਜ ਕਿਸੇ ਧਰਮ ਦੇ ਆਧਾਰਿਤ ਕੋਈ ਪੋਲੀਟੀਕਲ ਪਾਰਟੀ ਨਹੀਂ ਰਹਿ ਸਕਦੀ। ਸੋ ਅਕਾਲੀ ਦਲ ਵੀ ਪੰਥਕ ਪਾਰਟੀ ਨਹੀਂ ਹੈ, ਪਰ ਜਿਹਦੀ ਜੀ ਮੈਂ ਆਪ ਨਾਲ ਕੋਈ ਬਹਿਸ ਨਹੀਂ, ਮੈਂ ਆਪਨੂੰ ਪੋਜੀਸ਼ਨ ਦੱਸ ਰਿਹਾ। ਇਸ ਕਰਕੇ ਇਹਦਾ ਹੱਲ ਲੰਬਾ ਹੈ, ਇਸ ਦੇ ਤੇ ਡੇਰੇ ਦੇ ਉੱਤੇ
ਇਸ ਸਾਧ ਦੇ ਉੱਤੇ ਕਾਨੂੰਨੀ ਤੌਰ ਤੇ ਕੀ ਕੀਤਾ ਜਾ ਸਕਦਾ, ਅਸੀਂ ਇਸ ਨੂੰ ਕਿੱਦਾਂ ਰੋਕ ਸਕਦੇ ਹਾਂ, ਅਸੀਂ ਆਪਣੇ ਲੈਵਲ ਤੇ ਇਸ ਨੂੰ ਕਿਸ ਤਰ੍ਹਾਂ ਕਰ ਸਕਦੇ ਹਾਂ, ਇਹਦੇ ਬਾਰੇ ਆਪ ਆਪਣੇ ਵਿਚਾਰ ਜ਼ਰੂਰ ਦਿਓ। ਤੇ ਜੇ ਇਜਾਜ਼ਤ ਦਿਓ ਤੇ ਅਸੀਂ ਦੋ ਕਾਲ ਹੋਰ ਲੈ ਲਈਏ। ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ? ਮੈਂ ਗੋਪਾਲ ਸਭਰਵਾਲ ਬੋਲ ਰਿਹਾ ਜੀ। ਹਾਂਜੀ ਹਾਂਜੀ ਵੀਰ ਜੀ, ਸਭਰਵਾਲ ਸਾਹਿਬ। ਮੈਂ ਗੋਪਾਲ ਸਭਰਵਾਲ ਬੋਲ ਰਿਹਾ ਜੀ। ਹਾਂਜੀ ਸਭਰਵਾਲ ਸਾਹਿਬ, ਹੁਕਮ ਕਰੋ, ਆਪ ਲਾਈਨ ਤੇ ਹੋ। ਹਾਂਜੀ ਹਾਂਜੀ, ਮੈਂ ਤੁਹਾਡੇ ਵਿਚਾਰ ਸੁਣੇ ਆ ਜੀ, ਬੜਾ ਮਜ਼ਾ ਆਇਆ। ਆਪ ਥੋੜਾ ਜਿਹਾ ਨਾ ਟੀਵੀ ਦੀ ਆਵਾਜ਼ ਘੱਟ ਕਰ ਲਓ। ਮੈਂ ਕਰ ਲਓ ਜੀ ਜੀ। ਤੇ ਮਹਾਰਾਜ, ਤੁਸੀਂ ਇਹ ਜਿਹੜੇ ਨਾ ਮਤਲਬ ਆਪਣੇ ਕਿਸੇ ਵੀ ਉਹਦੇ ਬਾਰੇ ਸੱਚਾ ਸੌਦਾ ਹੋਇਆ ਜਾਂ ਨਿਰਕਾਰੀ ਹੋਏ ਜਾਂ ਰਾਧਾ ਸਵਾਮੀ ਹੋਏ, ਹਾਂਜੀ, ਸਾਡੇ ਜਿਹੜੀ ਮਤਲਬ ਇੱਕ ਮਿੰਟ ਦੇ ਵਿੱਚ ਟੁੱਟ ਰਹੇ ਆ ਇਹ ਜੀ, ਇਹਨਾਂ ਨੂੰ ਕਿਸ ਤਰ੍ਹਾਂ ਵਾਪਸ ਲਿਆਂਦਾ ਜਾਵੇ? ਜੀ 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 ਜੀ, ਇੱਕੋ ਨਹੀਂ ਇਹ ਜੀ, ਸੱਚੇ ਸੌਦੇ ਵਾਲੇ ਨਿਰਕਾਰੀ ਰਾਧਾ ਸਵਾਮੀ, ਮੈਂ ਸ਼ਰਮਤ ਕਹਿ ਰਿਹਾ ਇਹ, ਹਾਂਜੀ, ਸਾਡੀ ਕਮਿਊਨਿਟੀ ਦੇ ਵਿੱਚ ਟੁੱਟਣੇ ਨਹੀਂ ਚਾਹੀਦੇ ਜੀ ਜੀ, ਸਾਡੀਆਂ ਕੁਛ ਇੱਕ ਗਲਤੀਆਂ ਕਹਿ ਲਓ ਤੁਸੀਂ ਜਾਂ ਕੁਛ ਮਤਲਬ ਸਾਡੇ ਨਹੀਂ ਹੈਗੇ, ਜਿਹੜੇ ਮਤਲਬ ਅਸੀਂ ਗੁਰਦੁਆਰੇ ਦੇ ਵਿੱਚ ਜਾ ਕੇ ਜੀ ਜਦੋਂ ਪੀਸ ਆਫ ਮਾਇੰਡ ਜਾਂਦੇ ਲੋਕ ਉੱਥੇ, ਹਾਂਜੀ, ਤੇ ਉਹਦੇ ਵਿੱਚ ਮਤਲਬ ਪੀਸ ਆਫ ਮਾਇੰਡ ਨਹੀਂ ਉੱਥੇ ਪਾਉਂਦੇ। ਹਾਂਜੀ, ਸੋ ਬੇਨਤੀ ਹੈ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਬਿਲਕੁਲ ਸਹੀ ਹੈ, ਅਸੀਂ ਉਸਨੂੰ ਸਾਰੀ ਗੱਲ ਨੂੰ ਬਿਲਕੁਲ ਤੁਹਾਡੇ ਜਿਹੜੀ ਤੁਸੀਂ ਤੁਹਾਡੇ ਵਿਚਾਰ ਹੈ ਔਰ ਜਿਹੜੀ ਤੁਹਾਡੀ ਇੱਛਾ ਹੈ ਉਹ ਮੁਬਾਰਕ ਹੈ। ਸਵਾਲ ਕੋਈ ਦੇਖੋ ਕਿਸੇ ਕੋਲ ਜਾਂਦਾ ਹੈ, ਕੀ ਕਰਦਾ ਹੈ, ਨਹੀਂ ਕਰਦਾ, ਉਹਦੇ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਸਵਾਲ ਜਿਹੜੇ ਮੁੱਢਲਾ ਅਸੂਲ ਇਹ ਹੈ ਕਿ ਜਿਹੜੀ ਸ਼ਬਦਾਵਲੀ ਹਰ ਧਰਮ ਦੀ, ਹਰ ਕਿੱਤੇ ਦੀ, ਹਰ ਫਿਰਕੇ ਦੀ, ਹਰ ਪ੍ਰੋਫੈਸ਼ਨ ਦੀ ਹੁੰਦੀ ਹੈ। ਅੱਜ ਕੋਈ ਇੱਥੇ ਰਹਿੰਦਾ ਹੋਇਆ ਆਪਣੀ ਗੱਡੀ ਦੇ ਉੱਤੇ ਸ਼ੈਰਿਫ ਨਹੀਂ ਲਿਖ ਸਕਦਾ, ਸੈਨੇਟਰ ਨਹੀਂ ਲਿਖ ਸਕਦਾ, ਪੰਜਾਬ ਦੇ ਵਿੱਚ ਕੋਈ ਡਿਪਟੀ ਕਮਿਸ਼ਨਰ ਨਹੀਂ ਲਿਖ ਸਕਦਾ, SSP ਨਹੀਂ ਲਿਖ ਸਕਦਾ। ਇਸੇ ਤਰੀਕੇ ਦੇ ਨਾਲ ਉਹ ਜਿਹੜੀ ਸ਼ਬਦਾਵਲੀ ਹੈ, ਸਾਹਿਬਜ਼ਾਦੇ, ਅੰਮ੍ਰਿਤ, ਸਰੋਵਰ, ਪੰਜ ਪਿਆਰੇ, ਇਹ ਸਿੱਖ ਸ਼ਬਦਾਵਲੀ ਹੈ। ਕਿਸੇ ਸਿੱਖ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਜੇ ਕੋਈ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਏ, ਪਰ ਜੇਕਰ ਉਹ ਸਿੱਖ ਟਰਮੀਨੋਲੋਜੀ ਨੂੰ ਅਗਰ ਉਹ ਦੁਰਵਰਤੋਂ ਕਰਦਾ ਹੈ, ਉਹਦੀ ਦੁਰਵਰਤੋਂ ਹੈ, ਇਸ 'ਤੇ ਇਤਰਾਜ਼ ਹੈ। ਇਸ ਕਰਕੇ ਗੁਰੂ ਸਾਹਿਬ ਨੇ ਵੀ, ਆਪ ਦੇਖੋਗੇ ਜਦੋਂ ਬਾਬਾ ਰਾਮ ਰਾਏ ਨੇ ਜਦੋਂ ਉਹ ਗਲਤੀ ਕੀਤੀ ਤਾਂ ਹਜ਼ੂਰ ਨੇ ਉਹਨਾਂ 'ਤੇ ਕੋਈ ਐਕਸ਼ਨ ਨਹੀਂ ਲਿਆ, ਇਹ ਕਿਹਾ ਕਿ ਭਾਈ ਇਹਦੇ ਨਾਲ ਨਾ ਬੋਲੋ, ਇਹਦੇ ਨਾਲ ਨਾ ਗੱਲ ਕਰੋ। ਇਹੀ ਗੱਲ ਨਿਰੰਕਾਰੀਆਂ, ਨਕਲੀ ਨਿਰੰਕਾਰੀਆਂ ਬਾਰੇ ਜਿਸ ਵੇਲੇ ਹੋਇਆ ਸੀ, ਇਹੀ ਸਿੱਖਾਂ ਨੂੰ ਆਦੇਸ਼ ਸੀ, ਤੁਸੀਂ ਇਹਨਾਂ ਕੋਲ ਨਾ ਜਾਓ। ਆਦੇਸ਼ ਤਾਂ ਇਹੀ ਹੈ ਕਿ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ, ਨਾ ਕਿ ਹੋਰ ਇਸ ਦੇ ਇਲਾਵਾ ਕੋਈ ਤੁਹਾਨੂੰ ਆਦੇਸ਼ ਦਿੱਤਾ ਜਾ ਰਿਹਾ ਕਿ ਉਹ ਕਾਰਵਾਈ ਕਰੋ। ਸੋ ਇਸ ਕਰਕੇ ਇਸ ਲਾਈਨ ਦੇ ਵਿੱਚ ਸਾਨੂੰ ਸਮਝਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਆਪਣੇ ਇਹੀ ਹੈ ਭਈ ਮਤਲਬ, ਹਾਂ, ਆਪ ਜ਼ਰੂਰ ਸਾਨੂੰ ਲਿਖ ਦਿਓ, ਅਸੀਂ ਦੋ ਕਾਲ ਲੈ ਲਈਏ ਹੋਰ। ਥੈਂਕ ਯੂ, ਥੈਂਕ ਯੂ, ਬਿਲਕੁਲ ਠੀਕ ਮਤਲਬ ਇਹ ਜੀ, ਓਕੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ ਜੀ, ਮੈਂ ਸਰਵਣ ਸਿੰਘ ਨਿਊ ਜਰਸੀ ਤੋਂ ਬੋਲ ਰਿਹਾ। ਹਾਂਜੀ ਵੀਰ ਜੀ, ਕੀ ਫਤਿਹ ਜੀ, ਮੈਂ ਕਰੂੰਗਾ ਬਈ, ਜਿਹੜਾ ਇਹ ਸੰਤ ਆ ਜੀ, ਬਹੁਤ ਵੱਡਾ ਕੋਹੜ ਆ ਸਿੱਖਾਂ ਦੇ ਵਿੱਚ, ਇਹਨੇ ਸ਼ੁਰੂ ਕੀਤਾ ਆ ਜੀ, ਪਰ ਜੇ ਜਿਹੜੇ ਸਾਡੇ ਸਿੱਖ ਆ ਜੀ, ਜਿਹੜੇ ਗੁਰੂ ਦਰਦੀ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਜੇ ਉਹ ਜਾਣੋ ਹਟ ਜਾਣ ਉੱਥੇ, ਹਾਂਜੀ, ਆਪੀ ਇਹਦਾ ਸੰਤ ਬਣਾ ਖਤਮ ਹੋ ਜਾਂਦਾ ਜੀ। ਜੀ ਜੀ ਜੀ, ਬਾਕੀ ਰਹਿ ਗਈ ਲੀਡਰਾਂ ਦੀ ਗੱਲ। ਹਾਂਜੀ, ਲੀਡਰਾਂ ਨੇ ਤਾਂ ਤੱਕਿਆ ਹੋਇਆ ਵੀ ਜੇ ਅਸੀਂ ਝੋਟਿਆਂ ਵਾਲੀ ਲਾਈਨ 'ਚ ਹੀ ਰਹਿਣਾ। ਹਾਂਜੀ, ਇਹਨਾਂ ਨੇ ਇਹ ਤਾਂ ਸੋਚਿਆ ਨੇ ਵੀ ਅਸੀਂ ਮਤਲਬ ਕਿਤੇ ਚੰਗੀ ਜਗ੍ਹਾ 'ਤੇ ਜਾਵਾਂਗੇ, ਪਰ ਇਹ ਝੋਟਿਆਂ ਦੀ ਜਗ੍ਹਾ ਜਾਣਗੇ, ਜੱਟਾਂ ਦੇ ਹੱਥ ਜਾਣਗੇ, ਫਿਰ ਇਹਨਾਂ ਦੀਆਂ ਪੂਛਾਂ ਚੰਗੀ ਤਰ੍ਹਾਂ ਮਰੋੜਾਂਗੇ ਅਸੀਂ।
ਸਾਨੂੰ ਇਸ ਮਸਲੇ ਨੂੰ, ਇਸ ਬਹੁਤ ਗੰਭੀਰ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਗੁਰਮਤਿ ਦੇ ਆਸ਼ੇ ਦੇ ਮੁਤਾਬਕ ਸਾਨੂੰ ਔਰ ਜਿਹੜੇ ਜਿਹੜੀ ਦੁਰਵਰਤੋਂ ਸਾਡੀ ਟਰਮੀਨੋਲੋਜੀ ਦੀ, ਜਿਹੜਾ ਇਹ ਗੁਰੂ ਡੰਮ ਵਾਰ ਵਾਰ ਪੰਜਾਬ ਵਿੱਚ ਫੈਲਦਾ ਹੈ, ਇਸ ਨੂੰ ਕਾਨੂੰਨੀ ਚਾਰਾਜੋਈ ਕਰਨ ਦੀ ਲੋੜ ਹੈ, ਜਿਹੜੀ ਸਰਕਾਰ ਕਰ ਸਕਦੀ ਹੈ। ਪਰ ਜੇ ਅਗਰ ਸਰਕਾਰੀ ਪੱਧਰ ਦੇ ਉੱਤੇ ਇਸ ਨੂੰ ਸ਼ੈ ਮਿਲਦੀ ਰਹੇਗੀ, ਉਹਨਾਂ ਨੂੰ ਡਿਪਲੋਮੈਟਿਕ ਅਗਰ ਪ੍ਰਿਵਿਲੇਜਸ ਮਿਲਦੀਆਂ ਰਹਿਣਗੀਆਂ, ਤਾਂ ਇਹ ਸਾਡਾ ਦੁਖਾਂਤ ਕੱਟੇਗਾ ਨਹੀਂ। ਆਪ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ। ਥੈਂਕ ਯੂ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪ ਦਾ ਸ਼ੁਭ ਨਾਮ ਵੀਰ ਜੀ? ਭੁਪਿੰਦਰ ਸਿੰਘ। ਹਾਂਜੀ ਭੁਪਿੰਦਰ ਸਿੰਘ ਜੀ, ਜੀ ਕੁਛ ਕਹਿਣਾ ਚਾਹੁੰਦੇ ਆਪ? ਸਤਿ ਸ਼੍ਰੀ ਅਕਾਲ, ਆਪ ਲਾਈਨ ਤੇ ਹੋ, ਦੱਸੋ, ਹੁਕਮ ਕਰੋ, ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਡੇਰੇ ਦੇ ਬਾਰੇ 'ਚ ਜੀ। ਹਾਂਜੀ, ਉਹ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਡੇਰੇ ਦੇ ਬਾਰੇ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ, ਕਿਸ ਤਰ੍ਹਾਂ ਕੀ ਉਹਦਾ ਐਕਸ਼ਨ ਹੋਣਾ ਚਾਹੀਦਾ? ਹਾਂਜੀ ਹਾਂਜੀ, ਉਹ ਇਸ ਤਰ੍ਹਾਂ ਹੈ ਵੀ ਪਹਿਲੀ ਤਾਂ ਗੱਲ ਹੈ ਵੀ ਜਿਹੜੇ ਸਾਡੇ ਪੰਥਕ ਲੀਡਰਸ਼ਿਪ ਹੈ ਜਾਂ ਸ਼੍ਰੋਮਣੀ ਕਮੇਟੀ ਜਿਹੜਾ ਪ੍ਰਬੰਧਕ ਕਾਰਜ ਚਲਾ ਰਿਹਾ ਸਾਰੇ ਜੀ, ਦਰਬਾਰ ਸਾਹਿਬ ਦਾ ਜੀ, ਅਕਾਲ ਤਖਤ ਸਾਹਿਬ ਦਾ, ਇਹਨਾਂ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਜੀ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ। ਥੋੜੀ ਜਿਹੀ ਆਵਾਜ਼ ਘੱਟ ਕਰੋਗੇ ਟੀਵੀ ਦੀ ਆਪ? ਹਾਂਜੀ ਜ਼ਰੂਰ ਜੀ। ਹਾਂਜੀ, ਔਰ ਥੋੜਾ ਜਿਹਾ ਸੰਖੇਪ ਵਿੱਚ ਦੱਸੋ, ਅਸੀਂ ਇੱਕ ਕਾਲ ਲੈ ਕੇ, ਸਮਾਂ ਸਾਡਾ ਹੋ ਗਿਆ, ਸਾਨੂੰ ਬੰਦ ਕਰਨਾ ਪਏਗਾ। ਆਪ ਬਹੁਤ ਸੰਖੇਪ ਵਿੱਚ ਆਪਣੇ ਵਿਚਾਰ ਦੇ ਦਿਓ, ਬਾਕੀ ਆਪ ਈਮੇਲ ਕਰ ਦੇਣਾ, ਫੋਨ ਕਰ ਦੇਣਾ, ਸਾਨੂੰ ਖਤ ਪਾ ਦੇਣਾ। ਸੇਫ ਜੀ ਕਰਦਾ ਜੀ। ਜੀ ਮੈਂ ਆਪ ਕਰ ਰਿਹਾ ਵੀ ਇਹ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ, ਹਾਂਜੀ, ਤੇ ਉਹਨੂੰ ਲਾਗੂ ਕਰਵਾਉਣਾ ਵੀ ਅਕਾਲ ਤਖਤ ਸਾਹਿਬ ਦਾ ਜਾਂ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਜੀ। ਤੇ ਜੇਕਰ ਉਹਨਾਂ ਦੇ ਆਪਣੇ ਬੰਦੇ ਹੀ ਇਹਨੂੰ ਲਾਗੂ ਨਹੀਂ ਕਰਨਗੇ, ਉਹ ਮੰਨਣਗੇ ਨਹੀਂ, ਤੇ ਲੋਕ ਕਿਦਾਂ ਮੰਨਣਗੇ ਉਸਨੂੰ? ਮੈਂ ਬੇਨਤੀ ਇੱਕ ਸਪਸ਼ਟੀਕਰਨ ਦੇ ਦਿਆਂ, ਅਕਾਲ ਤਖਤ ਸਾਹਿਬ ਨੇ ਆਦੇਸ਼ ਦੇ ਦਿੱਤਾ, ਗੁਰੂ ਸਾਹਿਬ ਆਦੇਸ਼ ਦੇ ਦਿੰਦੇ ਸੀ, ਉਸ ਨੂੰ ਲਾਗੂ ਕਰਨਾ ਸਿੱਖ ਦਾ ਕੰਮ ਹੈ, ਉਹ ਅਕਾਲ ਤਖਤ ਦਾ ਨਹੀਂ ਹੈ, ਅਕਾਲ ਤਖਤ ਸਾਹਿਬ ਨੇ ਦੇ ਦਿੱਤਾ ਹੈ। ਅਗਰ ਕੋਈ ਉਸ ਨੂੰ ਲਾਗੂ ਨਹੀਂ ਕਰਦਾ ਜਾਂ ਉਸ 'ਤੇ ਅਮਲ ਨਹੀਂ ਕਰਦਾ, ਇਹ ਉਹ ਦੇਣਦਾਰ ਹੈ, ਗੁਰੂ ਦਾ, ਗੁਰੂ ਪੰਥ ਦਾ ਦੇਣਦਾਰ ਹੈ। ਅੱਛਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਹੈਲੋ। ਹੈਲੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆਪ ਸੰਖੇਪ ਵਿੱਚ ਆਪਣੇ ਵਿਚਾਰ ਦੇ ਦਿਓ ਜਾਂ ਸਾਨੂੰ ਈਮੇਲ ਜ਼ਰੂਰ ਕਰੋ। ਹਾਂਜੀ, ਮੈਂ ਆਪਣੇ ਵਿਚਾਰ ਦੱਸਣੇ ਚਾਹੁੰਦਾ ਜੀ। ਜਿਸ ਤਰ੍ਹਾਂ ਅੱਜ ਤੁਸੀਂ ਮੀਡੀਆ ਦੇ ਰਾਹੀਂ ਉਸ ਨੂੰ ਐਕਸਪੋਜ਼ ਕਰ ਰਹੇ ਹੋ, ਇਸ ਤਰ੍ਹਾਂ ਮੀਡੀਆ ਤੇ ਪਾਵਰ ਯੂਜ਼ ਕਰਨੀ ਚਾਹੀਦੀ ਹੈ, ਮੀਡੀਆ ਦੇ ਨਾਲ ਉਹਨੂੰ ਹੋਰ ਜ਼ਿਆਦਾ ਐਕਸਪੋਜ਼ ਕਰਨਾ ਚਾਹੀਦਾ, ਤੇ ਜਿਹੜੇ ਪੋਲੀਟੀਸ਼ੀਅਨਸ ਉਹਦੇ ਕੀ ਸਪੋਰਟਰ ਹਨ ਉਹਨਾਂ ਨੂੰ ਵੀ ਐਕਸਪੋਜ਼ ਕਰਨਾ ਚਾਹੀਦਾ, ਉਸ ਨਾਲ ਸਾਰੇ ਆਪਣੇ ਸਿੱਖ ਭਰਾ ਜਦੋਂ ਪਤਾ ਲੱਗੇਗਾ, ਖਾਸ ਕਰਕੇ ਇੰਡੀਆ ਦੇ ਵਿੱਚ ਜਿਹੜੇ ਯੰਗ ਜਨਰੇਸ਼ਨ ਨੇ ਹੈ ਉਹਨਾਂ ਨੂੰ ਪਤਾ ਲੱਗੇਗਾ, ਉਸ ਤੋਂ ਬਾਅਦ ਉਸ ਦਾ ਇਫੈਕਟ ਉਹਦੇ ਉੱਪਰ ਹੋਏਗਾ। ਠੀਕ ਹੈ, ਸ਼ਾਇਦ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸਾਨੂੰ ਗੁਰੂ ਨਾਲ ਜੁੜਨ ਦੀ ਲੋੜ ਹੈ, ਬਹੁਤ ਬਹੁਤ ਧੰਨਵਾਦ। ਹੈਲੋ। ਹਾਂਜੀ ਹਾਂਜੀ ਹਾਂਜੀ, ਨਮਸਤੇ ਸਾਹਿਬ। ਹਾਂਜੀ ਹਾਂਜੀ ਹਾਂਜੀ, ਬੋਲ ਰਿਹਾ ਜੀ, ਮੈਂ ਕੌਣ ਬੋਲ ਰਿਹਾ ਜੀ? ਹਾਂਜੀ, ਮੈਂ ਡਿਟਰੋਇਟ ਮਿਸ਼ੀਗਨ ਤੋਂ ਬੋਲ ਰਿਹਾ ਹਾਂ, ਗਿਰੀਸ਼ ਚੰਦਰ ਖੋਸਤਾ। ਹਾਂਜੀ ਗਿਰੀਸ਼ ਚੰਦਰ ਜੀ, ਆਪ ਦਾ ਸਵਾਗਤ ਹੈ। ਹਾਂ, ਥੈਂਕ ਯੂ, ਮੈਂ ਤੁਹਾਡਾ ਪ੍ਰੋਗਰਾਮ ਦੇਖਿਆ, ਜਿਸ ਤਰ੍ਹਾਂ ਅਸੀਂ ਮੇਰੇ ਬਲੱਡ 'ਚ ਵੀ ਅਰਜਨ ਦੇਵ ਜੀ ਦੇ ਜੀ ਅਰਜਨ ਦੇਵ ਜੀ ਦਾ ਲਹੂ ਵਹਿ ਰਿਹਾ ਹੈ। ਜੀ 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 ਜੀ, ਜਿਸ ਤਰ੍ਹਾਂ ਸੱਚਾ ਸੌਦਾ ਨਾਲ ਤੁਹਾਨੂੰ ਹਰਟ ਹੋਇਆ, ਸਾਨੂੰ ਵੀ ਬਹੁਤ ਹਰਟ ਹੁੰਦਾ ਹੈ। ਬਹੁਤ ਅੱਛਾ, ਬਹੁਤ ਅੱਛਾ, ਹਰ ਜਿਹੜਾ ਸੂਝਵਾਨ ਬੰਦਾ ਹੈ ਜਿਹਦੇ 'ਚ ਕੋਈ ਜ਼ਮੀਰ ਅਜੇ ਕਾਇਮ ਹੈ ਉਹਨੂੰ ਤਕਲੀਫ ਹੋਏਗੀ ਜੀ। ਹਾਂ ਬਿਲਕੁਲ। ਅੱਛਾ, ਤੇ ਸਾਨੂੰ ਐਜੀਟੇਸ਼ਨ ਚਲਾਉਣਾ ਚਾਹੀਦਾ ਹੈ ਤੁਹਾਡੇ ਨਾਲ ਨੇ। ਠੀਕ ਹੈ। ਪਰ ਇੱਕ ਦੋ ਮੈਂ ਕਮੈਂਟ ਕਰਨਾ ਚਾਹੁੰਦਾ ਵਾਂ ਕਿ ਤੁਸੀਂ ਜਦ ਸ਼ੁਰੂ ਕਿਹਾ ਸੀ ਕਿ ਮਹਾਸ਼ਰ ਜਿਹੜੇ ਨਾ ਸ਼ਰਦਾ ਰਾਮ ਫਿਲੌਰੀ ਸ਼ਰਦਾਨੰਦ ਫਿਲੌਰੀ, ਹਾਂਜੀ,
ਉਹ ਬਿਲਕੁਲ ਗਲਤ ਤੁਹਾਡੇ ਕੋਲ ਸੂਚਨਾ ਹੈ ਰੰਗੀਲਾ ਰਸੂਲ ਤੇ ਜਿਨ੍ਹਾਂ ਦਾ ਕਤਲ ਹੋਇਆ ਸੀ। ਨਹੀਂ ਮੈਂ ਕਿਹਾ ਰੰਗੀਲਾ ਰਸੂਲ ਕਿਤਾਬ ਕਿਸੇ ਹੋਰ ਦੀ ਲਿਖੀ ਸੀ, ਉਹਦੇ ਪ੍ਰਚਾਰਕ ਸਨ, ਉਹਨਾਂ ਨੂੰ ਦਿੱਲੀ ਦੇ ਵਿੱਚ ਕਤਲ ਕੀਤਾ ਗਿਆ ਸੀ ਸ਼ਰਦਾਨੰਦ ਫਲੋਰੀ ਨੂੰ। ਚਲੋ ਸਾਡਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਾਨੂੰ ਉਹਦਾ ਪੋਸਟਮਾਰਟਮ ਦਾ ਸਮਾਂ ਨਹੀਂ, ਮੈਂ ਆਪਦਾ ਅਸੀਂ ਵੈਰੀਫਾਈ ਕਰਾਂਗੇ, ਤੁਸੀਂ ਸਾਨੂੰ ਇਹਦਾ ਈਮੇਲ ਜ਼ਰੂਰ ਕਰ ਦਿਓ। ਭਾਈ ਸਾਹਿਬ ਜੀ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਸਮਾਂ, ਜਿਤਨੀ ਗੰਭੀਰਤਾ ਨਾਲ ਆਪਨੇ ਲਿਆ ਹੈ ਅਸੀਂ ਆਪ ਦੇ ਬਹੁਤ ਬਹੁਤ ਧੰਨਵਾਦੀ ਹਾਂ। ਪਰ ਗੱਲ ਇੱਥੇ ਖਤਮ ਨਹੀਂ ਹੋਣੀ, ਇਹ ਆਗਾਜ਼ ਹੈ, ਸ਼ੁਰੂਆਤ ਹੈ। ਅਸੀਂ ਆਪ ਤੋਂ ਆਸ ਕਰਦੇ ਹਾਂ ਕਿ ਆਪ ਇਸ ਬਹੁਤ ਗੰਭੀਰ ਮਸਲੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਈਮੇਲ ਰਾਹੀਂ lamba@justpunjabi.com ਜਾਂ info@justpunjabi.com ਜਾਂ ਫਿਰ ਫੋਨ ਰਾਹੀਂ ਵੀ ਆਪ ਸਾਨੂੰ ਜ਼ਰੂਰ ਦਿਓਗੇ, ਤਾਂ ਕਿ ਇਹ ਆਪ ਦੇ ਵਿਚਾਰ ਅਸੀਂ ਇਕੱਠੇ ਕਰਕੇ ਇਹਨਾਂ ਨੂੰ ਪੰਥ ਦੀ ਉਸ ਕਚਹਿਰੀ ਦੇ ਵਿੱਚ ਸਾਡੀ ਜਿਹੜੀ ਸਰਵਉੱਚ ਅਦਾਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਤੱਕ ਅਸੀਂ ਉੱਥੇ ਪਹੁੰਚਾ ਸਕੀਏ। ਇਹੀ ਸਾਡਾ, ਤਾਂ ਕਿ ਇਸ ਪਾਸੇ ਥੋੜ੍ਹੀ ਜਿਹੀ ਸਾਡੀ ਕੰਟਰੀਬਿਊਸ਼ਨ ਹੋ ਸਕੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।